ਬਾਗ ਦੇ ਵਿੱਚ ਆਇਆ ਹੋਇਆ ਆਪਣੇ ਤੁਸੀਂ ਜਿਹੜਾ ਪੰਡਿਤ ਸੀਤਾ ਰਾਮ ਹੈ ਉਹਨੂੰ ਆਪਾਂ ਕਾਸ ਵਾਸਤੇ ਤਨਖਾਹ ਦਿੰਦੇ ਹਾਂ ਉਹ ਕਹਿਣ ਲੱਗਿਆ ਪੰਡਿਤ ਬਹੁਤ ਸਿਆਣਾ ਨਜੂਮ ਦੇਖ ਕੇ ਆਪਾਂ ਨੂੰ ਭੁੱਲੀਆਂ ਚੁੱਕੀਆਂ ਗੱਲਾਂ ਦਾ ਪਤਾ ਕਰਦਾ ਉਹ ਕਹਿਣ ਲੱਗਿਆ ਜੋ ਪੰਡਿਤ ਮਰ ਨਹੀਂ ਗਿਆ ਜੇ ਮੈਂ ਪੂਰਨ ਬਾਗ ਦੇ ਵਿੱਚ ਆਇਆ ਹੋਇਆ ਫਿਰ ਮੈਂ ਸੱਚਾ ਨਹੀਂ ਤੇਰੀ ਤਲਵਾਰ ਤਾਂ ਮੇਰਾ ਸਿਰ ਰਾਜੇ ਨੇ ਸੱਦ ਬੁਲਾ ਲਿਆ ਪੰਡਿਤ ਸੀਤਾ ਰਾਮ ਪੁਸਤਕ ਖੋਲ ਨਜੂਮੀਆਂ ਤੂੰ ਲਾ ਕੇ ਦੇਖ ਧਿਆਨ ਉਹ ਜੀਂਦਾ ਕਿੱਧਰੋਂ ਆ ਗਿਆ ਜਿਹੜਾ ਖੂਹ ਵਿੱਚ ਕੀਤਾ ਖਾਮ ਜਿਹਦੇ ਕੱਟ ਗਏ ਅੰਗ ਸਰੀਰ ਦੇ ਉਹ ਬਚਦਾ ਨਹੀਂ ਇਨਸਾਨ ਜਿਹੜਾ ਇੱਕ ਵਾਰ ਬੰਦਾ ਮਰ ਜਾਵੇ ਕਿਵੇਂ ਪੈ ਜੂਗੀ ਕਰਗ ਵਿੱਚ ਜਾਨ ਗੱਲਾਂ ਕਰਦੇ ਝੂਠੀਆਂ ਜਿਤਨੇ ਲੋਕ ਤਮਾਮ ਮੈਨੂੰ ਕਹਿੰਦੇ ਪੂਰਨ ਆ ਗਿਆ ਆਉਂਦਾ ਨਹੀਂ ਅਮਾਨ ਟੇਵਾ ਦਰਸ਼ਨ ਕਰਕੇ ਮੈਂ ਤੈਨੂੰ ਬਹੁਤਾ ਦਊਂ ਇਨਾਮ ਜੇ ਮਿਲ ਜਾਏ ਪੁੱਤ ਵਸੁੰਨਿਆ ਮੈਂ ਤਾਂ ਤੈਨੂੰ ਲੱਖ ਲੱਖ ਗਊਆਂ ਕਰਦਿਆਂ ਦਾਨ ਮੈਂ ਪਰ ਮੇਰਾ ਪਾਪੀ ਦਾ ਪੁੱਤ ਕਿੱਥੇ ਨਾ ਰਾਜਨ ਤੁਹਾਡਾ ਪੁੱਤਰ ਬਾਗ ਦੇ ਵਿੱਚ ਆਇਆ ਹੋਇਆ ਜਿਸ ਵੇਲੇ ਨਜੂਮੀ ਨੇ ਦੱਸਿਆ ਗੱਲ ਸੁਣ ਕੇ ਗੱਲ ਨਜੂਮ ਦੀ ਤੁਰ ਪਿਆ ਰਾਜਾ ਸਲਵਾਨ ਕਦਮੀ ਕਦਮੀ ਤੁਰ ਕੇ ਆ ਗਿਆ ਲੂਣਾ ਦੇ ਖਾਸ ਮਕਾਨ ਮਿੱਠੀ ਮਿੱਠੀ ਬਾਣੀ ਬੋਲਦਾ ਰਾਣੀ ਲੂਣਾ ਨਾ ਕਰੇ ਬਿਆਨ ਰਾਣੀਏ ਉਹ ਕਹਿੰਦੀ ਦੱਸ ਇੱਕ ਸਾਡੇ ਫਾਇਦੇ ਦੀ ਗੱਲ ਆ ਲਾ ਕੇ ਸੁਣੀ ਧਿਆਨ ਜੇ ਇੱਕ ਸੰਤ ਬਾਗ ਵਿੱਚ ਉਤਰੇ ਮੂਰਤੀ ਆ ਭਗਵਾਨ ਜੋ ਕਹਿੰਦਾ ਸੋ ਜੋ ਸੱਚ ਆ ਸਿੱਧੀ ਜਿਹੀ ਜ਼ਬਾਨ ਫਲ ਪੁੱਤਾਂ ਦੇ ਬਖਸ਼ਦਾ ਜੜ ਲਾਉਂਦਾ ਵਿੱਚ ਜਹਾਨ ਚੱਲ ਸੇਵਾ ਕਰਕੇ ਉਸ ਦੀ ਕਵਈਆ ਲੈ ਤਾਜੇ ਪਕਵਾਨ ਲੈ ਮਠਿਆਈਆਂ ਤਾਜ਼ੀਆਂ ਸੰਤਾਂ ਨੂੰ ਕਰੋ ਸਲਾਮ ਫਲ ਪੁੱਤਾਂ ਦੇ ਬਖਸ਼ ਦੂ ਜੇ ਹੋ ਗਿਆ ਮਿਹਰਬਾਨ ਪਰ ਪੁੱਤਰਾਂ ਦੇ ਬਾਜੋ ਗਤੀ ਨਾ ਕੱਥ ਕੇ ਬੇਦ ਪ੍ਰਾਣ ਹੁਣ ਰਾਜਾ ਤਾਂ ਮਾਰ ਮਾਰ ਕੇ ਜਵਾਬ ਕਰਦਾ ਭਲਾ ਬਈ ਕਿਹੜੇ ਜਵਾਬ ਕਰਕੇ ਦੱਸਦਾ ਜਾ ਕੇ ਦੱਸਿਆ ਰਾਣੀ ਲੂਣਾ ਨੂੰ ਰਾਣੀਏ ਉਹਨੇ ਕਿਹਾ ਦੱਸੋ ਜੀ ਸੰਤ ਬਾਗ ਦੇ ਵਿੱਚ ਉਤਰੇ ਆ ਔਲਾਦਾਂ ਵਾਲਿਆਂ ਨੂੰ ਔਲਾਦਾਂ ਦੇਈ ਜਾਂਦੇ ਆ ਮਰਾਦਾਂ ਵਾਲਿਆਂ ਨੂੰ ਮਰਾਦਾਂ ਦੇਈ ਜਾਂਦੇ ਆ ਦੁਖੀਆਂ ਦੇ ਦੁੱਖ ਨਿਮਰਤ ਕਰੀ ਜਾਂਦੇ ਆ ਚੱਲ ਆਪਾਂ ਵੀ ਚੱਲੀਏ ਬਾਗ ਨੂੰ ਜੇ ਕਿਤੇ ਰੇਖ 'ਚ ਮੇਖ ਮਾਰ ਕੇ ਇੱਕ ਪੁੱਤਰ ਦੇ ਗਿਆ ਤਾਂ ਆਪਣੀ ਗੱਦੀ ਦਾ ਨਾਂ ਨਿਸ਼ਾਨ ਰਹਿ ਜੂਗਾ ਰਾਣੀ ਨੇ ਹੱਥ 'ਤੇ ਹੱਥ ਮਾਰਿਆ ਖੜਖੜਾ ਕਰਕੇ ਹੱਸ ਪਈ ਕਹਿਣ ਲੱਗੀ ਬਰਾਜਨ ਗੋਡਿਆਂ ਤੋਂ ਉੱਠਣੋਂ ਹਟ ਗਿਆ ਦੰਦਿਆਂ ਤੋਂ ਚਿੱਥਣੋਂ ਹਟ ਗਿਆ ਕੰਨਾਂ ਤੋਂ ਸੁਣਨੋਂ ਹਟ ਗਿਆ ਅੱਖਾਂ ਤੋਂ ਦਿਸਣੋਂ ਹਟ ਗਿਆ ਤੇਰੇ ਵਾਸਤੇ ਸੰਤਾਂ ਕੋਲੇ ਪੁੱਤ ਘੜ ਕੇ ਨਹੀਂ ਰੱਖੇ ਹੋਏ ਨਾ 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 ਰਾਣੀ ਬੜੇ ਸੰਤ ਬੜੇ ਦਿਆਲੂ ਹੁੰਦੇ ਆ ਜੋ ਵੀ ਕੋਈ ਇਨਸਾਨ ਸੰਤਾਂ ਦੀ ਹੀਣ ਡਿੱਗਿਆ ਖਾਲੀ ਨਹੀਂ ਮੁੜ ਕੇ ਆਇਆ ਬਰੋ ਛਾ ਕੇ ਆਇਆ ਜਾਣੇ ਭਰ ਕੇ ਆਇਆ ਮਿਹਰਬਾਨ ਹੁਣ ਰਾਣੀ ਪਾ ਕੇ ਜਰੀ ਦੇ ਲੀੜੇ ਮਹਿਲਾਂ ਦੇ ਵਿੱਚੋਂ ਬਾਹਰ ਨਿਕਲੀ ਮਾਰੀ ਆਵਾਜ਼ ਰਾਜਨ ਆਪਾਂ ਚੱਲ ਚੱਲੀਏ ਬਾਗ ਨੂੰ ਉਹ ਕਹਿਣ ਲੱਗਿਆ ਆਪਾਂ ਐਸਾ ਹਾਲਤ ਦੇ ਵਿੱਚ ਬਾਗ ਨੂੰ ਨਹੀਂ ਜਾਣਾ ਕਿਉਂ ਨਾਲੇ ਤੂੰ ਕਹਿੰਦਾ ਸੀ ਬਾਗ ਨੂੰ ਜਾਣਾ ਆਪਾਂ ਪਾਟੇ ਪੁਰਾਣੇ ਲੀੜੇ ਪਾ ਕੇ ਜਾਣਾ ਆਪਾਂ ਤਾਂ ਮੰਗ 'ਤੇ ਬਣ ਕੇ ਜਾਣਾ ਹੁਣ ਮਿਹਰਬਾਨ ਗੱਲ ਰਾਜੇ ਦੀ ਸੁਣ ਕੇ ਰਾਣੀ ਤਿਆਰ ਹੁੰਦੀ ਆ ਬਾਗ ਨੂੰ ਭਲਾ ਬਈ ਕਿਹੜੇ ਜਵਾਬ ਕਰਕੇ ਦੱਸਦੀ ਆ ਮੈਂ ਟਾਈਮ ਨਹੀਂ ਲੈਣਾ ਇੱਕ ਲੱਖ ਰੁਪਈਆ ਆ ਬਈ ਬਾਪੂ ਜੀ ਦਾ ਵੱਡਾ ਸ਼ਗਿਰਦ ਚਮਕੌਰ ਸਿੰਘ ਸੇਖੋਂ ਭੋਤ ਨੇ 1,00,000 ਰੁਪਈਆ ਇਸ ਮੇਲੇ ਲਈ ਅਸੀਂ ਫੰਡ ਤਾਂ ਕਿਸ ਤੋਂ ਮੰਗਿਆ ਨਹੀਂ ਪਰ ਇਹਨੇ ਮੱਲੋ ਮੱਲੀ ਦੇਤਾ ਬੋਲੇ ਸੋ ਨਿਹਾਲ ਪਿੰਕਾ ਰਾਮਪੁਰੇ ਫੂਲ ਤੋਂ ਟੌੜੇ ਤੋਂ ਭੁਪਿੰਦਰ ਸਿੰਘ 50 ਵਰੇ ਪਹਿਲਾਂ ਨੇ ਬਾਪੂ ਜੀ ਦਾ ਅਖਾੜਾ ਸੁਣਿਆ ਸੀ ਟੌੜੇ ਪਿੰਡ ਤੋਂ ਅਖਬਾਰ ਪੜ੍ਹ ਕੇ ਆ ਗਿਆ ਅਤੇ ਗਿੱਲ ਸਾਡੇ ਗੁਰਮੇਲ ਗਿੱਲ ਦੇ ਮਾਤਾ ਜੀ ਮੇਰੇ ਸਾਡੇ ਚਾਚੀ ਜੀ ਉਹ ਮੈਂ ਭੇਜਦੇ ਧੰਨਵਾਦ ਚੱਲ ਬਾਗ ਨੂੰ ਚਲੀ ਗਈ ਕਰਨੀ ਹਾਲ ਪਕਾ ਲੰਗ
ਦੀ ਗੱਲ ਜੀ ਆਨਵੇ ਕਹਿੰਦਾ ਬੁਰੀ ਬੁਰੀ ਪੁੱਤਾਂ ਦੀ ਗੱਲ ਜੀ ਆਨਵੇ ਜਾਣੇ ਜਗ ਸੰਸਾਰ ਖੂਹਾਂ ਵਿੱਚ ਨਾਂਦੀਆਂ ਨਾਰੀਆਂ ਨਵੇ ਕਹਿੰਦਾ ਖੂਹਾਂ ਵਿੱਚ ਨਾਂਦੀਆਂ ਨਾਰੀਆਂ ਰਾਤਾਂ ਨੇ ਦੁਪਹਿਰਾਂ ਨਾਲ ਪਿੱਪਲਾਂ ਨੂੰ ਪਾਣੀ ਪਾਉਂਦੀਆਂ ਨਵੇ ਉਹ ਪਿੱਪਲਾਂ ਨੂੰ ਪਾਣੀ ਪਾਉਂਦੀਆਂ ਗੇ ਟੂਣੇ ਕਰਨ ਹਜ਼ਾਰਾਂ ਫੇਰ ਦੋਨੋਂ ਜਾਣੇ ਉੱਠ ਕੇ ਤਾਰਾ ਪੈਣਗੇ ਕਹਿੰਦਾ ਦੋਨੋਂ ਜਾਣੇ ਉੱਠ ਕੇ ਤਾਰਾ ਪੈਣਗੇ ਰਾਜਾ ਤੇ ਲੂਣਾ ਨਾਲੰਗੇ ਕਦਮੀ ਅਕਦਮੀ ਚੱਲ ਗਈਆਂ ਕਹਿੰਦਾ ਕਲਮੀਆਂ ਕਦਮੀਆਂ ਕਦਮੀ ਚੱਲ ਗਈਆਂ ਬੜੇ ਵਿੱਚ ਬਾਗੰਗੇ ਉੱਠ ਕੇ ਪੂਰਨ ਭਗਤ ਲੀਂਗੇ ਉੱਠ ਗਏ ਪੂਰਨ ਭਗਤ ਲੀਂਗੇ ਕੀਤੀਆਂ ਇਹਨੇ ਮਸ਼ਕਾਰੰਗੇ ਚਰਨੀਆਂ ਲੱਗਿਆ ਬਾਬਾ ਲੀਂਗੇ ਕਹਿੰਦਾ ਚਰਨੀ ਲੱਗਿਆ ਬਾਬਾ ਦੀਆਂ ਜਲੇ ਲੰਮੀਆਂ ਪੂਜਾ ਬਸਾਰੰਗ ਚਰਨੀ ਲੱਗਿਆ ਬਾਬਾ ਦੀਆਂ ਮਿਹਰਬਾਨ ਕੌਲਾਂ ਦੀ ਫਰਮਾਇਸ਼ ਆਈ ਆ ਕਹਿੰਦੇ ਕੌਲਾਂ ਦੇ ਦੋ ਕੜੇ ਸੁਣਾ ਦਿਓ ਹਾਂਜੀ ਮੈਨੂੰ ਪਤਾ ਸਰ ਟਾਈਮ ਨਹੀਂ ਲੈਣਾ ਚਾਹੀਦਾ ਆ ਤੁਸੀਂ ਪੈਸੇ ਲੈ ਲਓ ਅਤੇ ਮੈਨੂੰ ਜਾਣੀ ਇਹਦੇ 'ਚ ਚਾਰ ਇੱਕ ਇਹ 'ਚੋਂ 400 ਮੋੜ ਦਿਓ ਆਪਦੇ ਰੱਖ ਲਓ 400 ਜਣੀ ਮੋੜ ਦਿਓ 500 ਚੋਂ ਆਪਾਂ ਇੱਕ ਨਿਰਮਲ ਦੇ ਗਿਆ ਉੱਥੋਂ ਵਾਲਾ ਰੁਪਈਏ ਨਿਰਮਲ ਇੱਕ ਮੁਕਤਸਰ ਤੋਂ ਜੱਸਲ ਤੁਹਾਨੂੰ ਦੇ ਗਿਆ ਪੈਸੇ ਇੱਕ ਜੱਸਲ ਮੁਕਤਸਰ ਤੋਂ ਬਲਰਾਜ ਸਿੰਘ ਕਾਨੂੰਗੋ ਸਾਹਿਬ ਉਹ ਵੀ ਮਾਇਆ ਦੇ ਗਿਆ ਮੁਕਤਸਰ ਤੋਂ ਅਤੇ ਇੱਕ ਇਹਨਾਂ 100 ਰੁਪਈਆ ਕੋਈ ਹੋਰ ਦੇ ਗਿਆ ਚਾਚੀ ਦਾ ਮੈਂ ਕਹਿਤਾ ਗੁਰਮੇਲ ਸਿੰਘ ਗਿੱਲ ਸਾਡੇ ਚਾਚਾ ਸਰਜੀਤ ਦੇ ਘਰੋਂ ਚਾਚੀ ਜੀ ਉਹ ਦੇ ਗਏ ਅਤੇ ਬਾਕੀ ਹੁਣ ਫਿਰ ਚੇਤੇ ਕਰਕੇ ਕਹੂੰਗਾ ਇਹ ਤਾਂ ਚਾਰ ਇਹ ਹਰ ਇੱਕ ਨੂੰ 100 ਦੇ ਹੀ ਜਾਣਾ ਇਹ 500 ਕਿਹਨੇ ਦਿੱਤੇ ਸੀ 100 ਦੇ ਦਿਓ ਸਾਰਿਆਂ ਨੂੰ ਕਿਹਨੇ ਕਿਹਾ ਸੀ ਬਾਬਾ ਹਾਂਜੀ ਕਰਮ ਸਿੰਘ ਜੀ ਢਿੱਲੋਂ ਉਹ ਵੀ 100 ਰੁਪਈਆ ਹਾਂਜੀ ਹੁਣ ਰਾਮਵਾਲਾ ਸਾਹਿਬ 2 ਕੁ ਮਿੰਟ ਇਹਨਾਂ ਨੂੰ ਆਹ ਪੂਰਾ ਕਰ ਲੈਣ ਅਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਸਾਰਾ ਹਾਂਜੀ ਹੁਣ ਆਈ ਆ ਕੌਲਾਂ ਦੀ ਫਰਮਾਇਸ਼ ਬਈ ਕੌਲਾਂ ਦੀ ਸੁਣਾ ਦਿਓ ਮਿਹਰਬਾਨ ਜਿਸ ਵੇਲੇ 6ਵੀਂ ਸ਼ਰਤ ਪੂਰੀ ਕਰਕੇ ਮੁੜੀ ਤਾਂ ਸਾਰਾ ਸ਼ਹਿਰ ਤੋਂ ਬਾਹਰ ਖੜਾ ਕਿਸ ਵਾਸਤੇ ਖੜਾ ਸੀ ਬਈ ਅੱਜ ਕੌਲਾਂ ਨੇ ਜਿਉਂਦੀ ਨੇ ਆਉਣਾ ਨਹੀਂ ਖੂਨੀ ਝੱਲ ਦੀ ਸ਼ਰਤ ਹੈ ਖੂਨੀ ਝੱਲ ਦੇ ਵਿੱਚ ਤਾਂ ਕੋਈ ਪਸ਼ੂ ਜਾਂ ਕੋਈ ਬੰਦਾ ਜਾਂ ਕੋਈ ਪਰਿੰਦਾ ਅੱਜ ਤਾਈਂ ਜਿੰਦਾ ਨਹੀਂ ਮੁੜ ਕੇ ਆਇਆ ਜਦੋਂ ਕੌਲਾ ਨਹਾਤੀ ਇਹਦਾ ਸਰੀਰ ਝੜ ਕੇ ਜਾ ਪੈਣਾ ਕੌਲਾ ਨੇ ਮਰ ਜਾਣਾ ਸਾਰਾ ਸ਼ਹਿਰ ਅੜੀਕਦਾ ਸੀ ਕੌਲਾ ਮੁੜ ਪਈ ਸ਼ਹਿਰ ਨੂੰ ਸਾਧੂ ਜਿਵੇਂ ਅਤੀਤ ਮੁੱਖ ਤੋਂ ਰਾਮ ਚਤਾਰ ਦੀ ਜੋ ਭਗਤਾਂ ਦੀ ਰੀਤ ਉਹਨੂੰ ਮੱਥਾ ਟੇਕਣ ਬਾਣੀਏ ਹਰ ਗੁਣ ਗਾਉਂਦੇ ਗੀਤ ਕੌਲਾ ਰੱਬ ਦੀ ਭਗਤਣੀ ਉਹਦੀ ਡਾਢੇ ਨਾਲ ਪ੍ਰੀਤ ਜਦ ਕੌਲਾਂ ਦਾ ਕਾਇਮ ਆ ਸਾਨੂੰ ਹੈ ਪ੍ਰਤੀਤ ਇਹਨੇ ਦੇਲੇ ਦੁੱਖ ਸਰੀਰ ਨੂੰ ਸੁੱਕ ਕੇ ਹੋਈ ਤਵੀਤ ਆ ਬੀਜਿਆ ਕੌਲਾਂ ਨੂੰ ਚੌਂਕੇ ਚਾੜ ਲਾ ਤੂੰ ਆਪਣੀ ਸਾਬਤ ਕਰਕੇ ਨੀਤ ਕਹਿਣ ਲੱਗੇ ਹੁਣ ਤੇਰੀ 6ਵੀਂ ਸ਼ਰਤ ਪੂਰੀ ਕਰ ਲਈ ਹੁਣ ਤੂੰ ਕੌਲਾਂ ਨੂੰ ਚੌਂਕੇ ਚਾੜ ਲੈ ਮਿਹਰਬਾਨ ਫੜ ਕੇ ਲਾਲਿਆਂ ਨੇ ਫੜ ਕੇ ਇਹਨਾਂ ਮਹਾਜਨਾਂ ਨੇ ਡੌਲਿਓਂ ਬੀਜੇ ਦੇ ਕੋਲ ਲੈ ਗਏ ਬੀਜਿਆ ਜੋ ਹੋ ਗਿਆ ਪਿੱਛੇ ਹੋ ਗਿਆ ਕੌਲਾਂ ਨੂੰ ਚੌਂਕੇ ਚਾੜ ਲਾ ਬੋਲਿਆ ਬੀਜਾ ਬਾਣੀਆਂ ਕਹਿੰਦਾ ਮੇਰੇ ਤੋਂ ਹੱਟ ਪਛਾਂ ਭੁੰਨਿਆ ਮੇਰਾ ਕਾਲਜਾ ਮੇਰੇ ਮੱਥੇ ਲੱਗੀ ਨਾਂ ਮੇਰੇ ਮਹਿਲੀ ਸੂਈ ਨਾ ਸੰਜਰੇ ਆਦਮ ਬਣਦਾ ਨਾਂ ਸਾੜ ਸਹਤਾ ਜੇ ਬੜੇ ਮੈਂ ਛੇਤੀ ਕਰਾਂ ਫਨਾ ਮੇਰੀ ਅਕਲ 'ਤੇ ਪੜਦਾ ਪੈ ਗਿਆ ਮੇਰੇ ਹੱਥੋਂ ਛੁੱਟ ਗਈ ਲਾਂ ਚਿਖਾ ਚਿਣਾ ਮੈਂ ਚੱਲਣ ਰੁੱਖ ਦੀ ਇਹਨੂੰ ਫੂਕਾਂ ਇਸੇ ਥਾਂ ਸਾਬਤ ਚਿਖਾ 'ਚੋਂ ਨਿਕਲੀ ਕਵਈਆ ਫਿਰ ਨੂੰ ਮੈਂ ਬਖਸ਼ੂੰਗਾ ਇਹਨੂੰ ਫੇਰ ਮੈਂ ਚੌਂਕੇ ਚਾੜ ਲੂੰ ਫੜ ਕੇ ਪਾਪਣ ਕੌਲਾਂ ਦੀ ਬਾਂਹ ਹੁਣ ਤਾਂ ਹਾਂ ਮਾਰ ਮਾਰ ਕੇ ਬੀਜਾ ਜਵਾਬ ਕਰਦਾ ਉਸ ਪੰਚਾਇਤ ਦੇ ਨਾਲ ਭਲਾ ਬਈ ਕਿਹੜੇ ਜਵਾਬ ਕਰਕੇ ਦੱਸਦਾ Thank you.
ਜਿਸ ਵੇਲੇ ਬੀਜੇ ਬਾਣੀਆਂ ਨੇ ਘੂਰ ਕੇ ਪਿੱਛਾ ਠਾ ਦਿੱਤੀ ਤਾਂ ਸੇੜ ਪਹੋੜ ਮੱਲ ਕਹਿੰਦਾ ਧੀਏ ਮੈਂ ਤੈਨੂੰ ਕੋਠੋ ਵਾਰ ਨੂੰ ਲੈ ਚੱਲਦਾ। ਨਾ 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 ਬਾਬਲਾ, ਜੇ ਮੇਰਾ ਨਿਆਂ ਹੋਵੇ ਤਾਂ ਇਸੇ ਸਿਆਲਕੋਟ ਦੇ ਵਿੱਚ ਹੋਵੇ, ਹੁਣ ਤਾਂ ਹਾਂ ਮਾਰਦਾ। ਕਹਿੰਦਾ ਚੱਲ ਧੀਏ ਉੱਠ ਚੱਲ ਗਏ, ਹਲਕ ਗਿਆ ਬਘਿਆੜ, ਹੱਥ ਲਾਇਆ ਨਹੀਂ ਜਾਂਦਾ ਅੱਗ ਨੂੰ, ਧੀਏ ਉੱਤੋਂ ਮਹੀਨਾ ਹਾੜ, ਅੱਗ ਲੋਹੇ ਦਾ ਪਾਣੀ ਕਰ ਦਿੰਦੀ, ਪੱਥਰਾਂ ਨੂੰ ਦਿੰਦੀ ਢਾਲ, ਇਹ ਟਿੱਚਰਾਂ ਕਰਦਾ ਬਾਣੀਆਂ, ਤੈਨੂੰ ਦਊਗਾ ਚਿਖਾ ਤੇ ਚਾੜ। ਹੁਣ ਤਾਂ ਹਾਂ ਮਾਰ ਮਾਰ ਕੇ ਆਪਣੀ ਧੀ ਦੇ ਨਾਲ ਜਵਾਬ ਕਰਦਾ, ਭਲਾ ਬਈ ਕਿਹੜੇ ਜਵਾਬ ਕਰਕੇ ਦੱਸਦਾ। ਕਹਿੰਦਾ ਚੱਲ ਧੀਏ ਚਾਲੀ ਕੀ ਹਲਕ ਗਿਆ ਬਗਿਆ ਲਾਇਆ ਨੀ ਜਾਂਦਾ ਅੱਗ ਨੂੰ, ਹੱਥ ਲਾਇਆ ਨੀ ਜਾਂਦਾ ਅੱਗ ਨੂੰ, ਫੇਰ ਉਤੋਂ ਮਹੀਨਾ ਹਾਲੰਗ ਲੋਹੇ ਦਾ ਪਾਣੀ ਕਰਦਾ ਵੀ ਅੱਗ ਲੋਹੇ ਪੱਥਰਾਂ ਨੂੰ ਦੇਂਦੀ ਟਾਲਾਂ ਇਹ ਟਿੱਚਰਾਂ ਕਰਦਾ ਬਾਣੀਆਂ। ਕਹਿੰਦਾ ਟਿੱਚਰਾਂ ਕਰਦਾ ਬਾਣੀਆਂ ਤੈਨੂੰ ਦਊਗਾ ਚਿਖਾ ਤੇ ਜਾਲਾਂ ਇਹ ਹੱਸਦਾ ਤੇ ਅੱਖਾਂ ਮਾਰ ਲਾਂ ਹੱਸਦਾ ਤੇ ਅੱਖਾਂ ਮਾਰ ਲਾਂ ਰਿਆ ਸਾਨੂੰ ਕਮਾਰੇ ਪਾਣੀਆਂ ਪਾਸ ਮਾਰੇ ਪਾਣੀਆਂ ਬਣ ਗਿਆ ਵਜ਼ੀਰ ਕਿਰਾਲਾ ਨਾ ਕੁਛ ਇਹਦਾ ਚੱਕੀਆਂ ਉਹ ਨਾ ਕੁਛ ਇਹਦਾ ਚੱਕੀਆਂ ਮਹਿਲਾ ਚ ਮਾਰੀਆ ਪਾਲਾ ਬੈਣ ਜੂ ਸਕਾਲਾ ਹੋਏ ਕੀ ਬੈਜੂ ਸਗਾਲਾ ਹੋਏ ਕੀ ਦਊ ਅਗਨੀ ਦੇ ਸਾਲੰਗ ਚੱਲ ਤੀਏ ਉੱਠ ਚਲੀ ਗੀ ਚਾਲੀਆ ਚੱਲ ਤੀਏ ਉੱਠ ਚਲੀ ਗੀ ਮੈਨੂੰ ਤਾਨੇ ਦਊ ਸੰਸਾਰੰਗ ਜੇ ਸੜ ਗਈ ਕੌਲਾਂ ਬਚੀ ਗੀ ਸੜ ਗਈ ਕੌਲਾ ਬਜੀ ਗਈ ਮੱਚ ਜੂੰਗਾ ਤੇਰੇ ਨਾਲ ਰੋਮੀ ਨਾ ਧਰਮੀ ਬਾਬਲਾ ਨੀਰ ਰੋਈ ਨਾ ਧਰਮੀ ਬਾਬਲਾ ਨਾ ਡੋਲ ਅੱਖਾਂ ਚੋ ਨੀਰੰਗ ਕਰਮ ਦੇ ਲਿਆ ਕਰਮ ਲਾ ਦੇ ਲਿਆ ਜਲਿਆ ਕਰਮਨੀ ਦਿਲੀਆਂ ਮੈਨੂੰ ਭੁਗਣੀ ਮਿਲੀ ਤਗਦੀ ਰੰਗ ਪਰ ਹੋਣੀ ਰਹੂਗੀ ਹੋਏਗੀ ਹੋਣੀ ਰਹੂਗੀ ਹੋਏਗੀ ਜੋ ਲਿਖ ਲਈ ਤਗਦੀ ਰੰਗ ਬਜ ਗਈ ਮਨ ਕਣ ਮਾਤਾ ਦੀ ਉਹ ਬਜ ਗਏ ਮਨ ਕਣ ਮਾਤਾ ਦੀ ਮੈਂ ਮਰਨਾ ਸੱਚਾ ਖੀ ਕਹਿੰਦਾ ਜਾਊਂਗੀ ਦੁਹਾਰੀ ਰੱਬ ਦੀ ਜੇ ਨਾਮਾ ਭਗਤ ਕਬੀਰ ਮੈਨੂੰ ਰਸਤਾ ਮਿਲੂ ਦਰਗਾਹ ਚੂੰ ਵੇ ਫੇਰ ਰਸਤਾ ਮਿਲੂ ਦਰਗਾਹ ਚੂੰ ਫੇਰ ਕੋਰਾ ਖੰਡ ਤੇ ਅਖੀਰ ਉੱਥੇ ਨਾ ਕੋਈ ਕਿਸੇ ਦਾ ਮਾਈ ਬਾਪੀ ਅੰਗ ਉੱਥੇ ਨਾ ਨਾ ਕੋਈ ਕਿਸੇ ਦਾ ਮਾਈ ਬਾਪੀ ਅੰਗ ਨਾ ਭੈਣ ਕਿਸੇ ਦਾ ਪੀਰ ਅੰਗ ਮੇਲਾ ਜੱਗ ਸਰਾਵਾਂਗ ਕਹਿੰਦਾ ਮੇਲਾ ਜੱਗ ਸਰਾਵਾਂਗ ਕਹਿ ਗਏ ਗੁਰੂ ਨਜ਼ੀਰ ਅੰਗ ਮੈਨੂੰ ਗਗਰ ਲਿਆ ਦੇ ਜਲ ਦੀ ਫੇ ਗਗਰ ਲਿਆ ਦੇ ਜਲ ਦੀ ਕਫਣ ਲਿਆ ਦੇ ਚੀਰੰਗ ਮੈਂ ਮਰਨਾ ਦੁਆਰੇ ਪਤੀ ਦੀ
ਮਹਿਮਾਨਾ ਦੁਆਰੇ ਪਦੀ ਦੀਂਗ ਮੇਰਾ ਦਰਗਾਹ ਚ ਰਹਿ ਜੂਗਾ ਸੀਰੰਗ ਮਹਿਮਾਨਾ ਦੁਆਰੇ ਪਦੀ ਦੀ ਹਾਂਜੀ ਮਿਹਰਬਾਨ ਪਹਿਲਾਂ ਕਿਹਨੇ ਆਉਣਾ ਹਰਮਨ ਹਰਮਨ ਨੇ ਪਹਿਲਾਂ ਆਉਣਾ ਫਿਰ ਨਹੀਂ ਹੈ ਵਾਰੀ ਵਾਰੀ ਇੱਕ ਇੱਕ ਗੀਤ ਗਾਈ ਜਾਣਗੇ ਹਾਂਜੀ ਹਾਂਜੀ ਜੀ ਆਇਆ ਕਹਿੰਦੇ ਚਮਕੌਰ ਸਿੰਘ ਜੀ ਸੇਖੋਂ ਭੋਤਨੇ ਵਾਲੇ ਔਰ ਸਰੰਗੀ ਮਾਸਟਰ ਜਿਹੜੇ ਬਹੁਤ ਅੱਛੀ ਵਜਾਇਆ ਕਰਦੇ ਸੀ ਸਤਿੰਦਰਪਾਲ ਸਿੰਘ ਸਿੱਧਮਾ ਜੀ ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ ਸਰਦਾਰ ਰਣਜੀਤ ਸਿੰਘ ਜੀ ਸਿੱਧਮਾ ਉਹਨਾਂ ਦੇ ਲਖਦੇ ਜਿਗਰ ਜਿਨ੍ਹਾਂ ਨੇ ਪਹਿਲਾਂ ਰਣਜੀਤ ਸਿੰਘ ਜੀ ਨੇ ਚੰਦ ਸਿੰਘ ਜੰਡੀ ਰਣਜੀਤ ਸਿੰਘ ਜੀ ਅਤੇ ਬਾਪੂ ਪਾਰਸ ਜੀ ਦਾ ਜੱਥਾ ਹੁੰਦਾ ਸੀ ਉਸ ਤੋਂ ਬਾਅਦ ਉਹ ਜੱਥਾ ਸਤਿੰਦਰਪਾਲ ਸਿੰਘ ਸਿੱਧਮਾ ਹੁਣੀ ਸੰਭਾਲਿਆ ਔਰ ਉਹਦੀ ਬਾਗਡੋਰ ਇਹਨਾਂ ਨੇ ਅੱਗੇ ਸੰਭਾਲੀ ਬੜੇ ਬਾਖੂਬੀ ਔਰ ਅੱਜ ਕੱਲ੍ਹ ਟੋਰਾਂਟੋ ਦੇ ਵਿੱਚ ਉੱਥੇ ਰੇਡੀਓ ਸਟੇਸ਼ਨ ਵੀ ਚਲਾ ਰਹੇ ਟੀ ਵੀ ਵੀ ਅਤੇ ਨਾਲ ਹੀ ਜੀ ਐਂ ਕਹਿੰਦੇ ਪ੍ਰੋਫੈਸਰ ਗੁਰਦੇਵ ਸਿੰਘ ਜੀ ਸਰੀ ਤੋਂ ਜਿਹੜੇ ਰੇਡੀਓ ਇੰਡੀਆ ਚਲਾਉਂਦੇ ਨੇ ਔਰ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਦੋ ਲਫ਼ਜ਼ ਕਹਿਣ ਪ੍ਰੋਫੈਸਰ ਗੁਰਦੇਵ ਸਿੰਘ ਜੀ ਸਰੀ ਬਾਪੂ ਜੀ ਦੀ ਜਿਹੜੀ ਕਿਤਾਬ ਹੈ ਰਾਈ ਮੈਨੂੰ ਉਹ ਮੈਨੂੰ ਕਈਆਂ ਨੇ ਪੁੱਛਿਆ ਹੁਣ ਉਹ ਪੁੱਛੇਗਾ ਟੌੜੇ ਵਾਲਾ ਮੁੰਡਾ ਵੀ ਕਿਤਾਬ ਇੱਥੇ ਸਟਾਲ ਲੱਗਿਆ ਉੱਥੋਂ ਲੈ ਲਓ ਮੈਨੂੰ ਤਾਂ ਪਤਾ ਨਹੀਂ ਸਟਾਲ ਕਿੱਥੇ ਉਹਦੇ ਪਿੱਛੇ ਗੱਡੀ ਖੜ੍ਹੀ ਹੈ ਆਹ ਕਿਤਾਬ ਹੈ ਉਹਦੇ ਕੋਲੋਂ ਲੈ ਲਿਓ ਇਹਦਾ ਮੁੱਲ 300 ਰੁਪਈਆ ਪਰ ਅਸੀਂ 250 ਰੁਪਈਏ 'ਚ ਇਹ ਉਹਨੂੰ ਕਿਹਾ ਦੇ ਮੇਰਾ ਖਿਆਲ ਹੈ ਮਿਨਿਸਟਰ ਸਾਹਿਬ ਵੀ ਆ ਗਏ ਤਾਂ ਤੁਸੀਂ ਲਾ ਲੈਣਾ ਆ ਗਏ ਜੀ ਹਾਂਜੀ ਗੁਰਦੇਵ ਸਿੰਘ ਜੀ ਨਗਰ ਰਾਮੂਵਾਲ ਦੀ ਸਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅੱਜ ਦਾ ਇਹ ਜਿਹੜਾ ਦਿਹਾੜਾ ਅੱਜ ਤੋਂ ਪੂਰੇ 99 ਸਾਲ ਪਹਿਲਾਂ ਬਾਪੂ ਪਾਰਸ ਜੀ ਦਾ ਜਨਮ ਹੋਇਆ ਔਰ ਉਹ ਕਿੰਨਾ ਸ਼ੁਭ ਦਿਹਾੜਾ ਹੋਏਗਾ ਜੂਨ ਮਹੀਨੇ ਦੀ 28 ਤਰੀਕ ਔਰ 1916 ਇੱਕ ਅਜਿਹੇ ਸ਼ਖਸ ਨੇ ਇਸ ਧਰਤੀ ਦੇ ਉੱਤੇ ਜਨਮ ਲਿਆ ਜਿਸ ਨੇ ਬਾਬੂ ਰਾਜੂ ਬਲੀ ਦੀ ਕਲਾ ਨੂੰ ਗਾਂਹ ਤੋਰਦਿਆਂ ਕਵੀਸ਼ਰੀ ਨੂੰ ਬਹੁਤ ਉੱਚੀਆਂ ਜਿਹੜੀਆਂ ਸਿਖਰਾਂ 'ਤੇ ਲੈ ਗਏ ਢਿੱਲੋਂ ਸਾਹਿਬ ਨੂੰ ਜੀ ਆਇਆਂ ਆਖਦੇ ਹਾਂ ਔਰ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਇੱਕ ਦੋ ਮਿੰਟ ਦੇ ਵਿੱਚ ਹੀ ਸਾਰੀ ਗੱਲਬਾਤ ਮੈਂ ਕਰ ਲੈਣੀ ਹੈ ਕਿ ਨਵਦੀਪ ਮੇਰੇ ਕੋਲ ਉੱਥੇ ਜਦੋਂ ਗਏ ਵੈਨਕੂਵਰ ਅਸੀਂ ਸਾਰੇ ਇਸ ਮੇਲੇ ਬਾਰੇ ਇਸ ਸਮੇਂ ਬਾਰੇ ਗੱਲਾਂ ਬਾਤਾਂ ਕਰਦੇ ਸਾਂ ਅਤੇ ਇਹਨਾਂ ਨੇ ਮੇਰੇ ਕੋਲ ਉੱਥੋਂ ਹੀ ਇਹ ਸ਼ਬਦ ਵਰਡ ਲੈ ਲਿਆ ਸੀ ਕਿ ਜਦੋਂ ਤੁਸੀਂ ਆਏ ਇਸ ਮੇਲੇ 'ਤੇ ਪਹੁੰਚਣਾ ਜ਼ਰੂਰ ਹੈ ਬਾਪੂ ਜੀ ਦੀ ਔਰ ਯਾਦ ਦੇ ਵਿੱਚ ਇਹ ਕਰਵਾਏ ਜਾ ਰਹੇ ਸਮਾਗਮ ਲਈ ਅਸੀਂ ਰੇਡੀਓ ਇੰਡੀਆ ਅਦਾਰਾ ਮਨਿੰਦਰ ਗਿੱਲ ਅਤੇ ਸਮੁੱਚੀ ਟੀਮ ਬਾਪੂ ਜੀ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦੇ ਹਾਂ ਸਾਡੇ ਸੱਜਣ ਸਤਿੰਦਰਪਾਲ ਸਿੰਘ ਜੀ ਸਿੱਧਮਾ ਬੜੇ ਲੰਮੇ ਸਮੇਂ ਤੋਂ ਬਾਅਦ ਦਰਸ਼ਨ ਹੋਏ ਨੇ ਇਹਨਾਂ ਦੇ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੀ ਇੰਨੀ ਕੁ ਹਾਜ਼ਰੀ ਤੁਸੀਂ ਬਸ ਕਬੂਲ ਕਰਿਓ ਕਿ ਥੋੜ੍ਹੇ ਸਮੇਂ ਦੇ ਵਿੱਚੋਂ ਕਿਉਂਕਿ ਸਾਡੇ ਕੋਲ ਬਾਹਰੋਂ ਆਏ ਲੋਕਾਂ ਕੋਲ ਥੋੜ੍ਹਾ ਸਮਾਂ ਹੁੰਦਾ ਔਰ ਉਹਦੇ ਵਿੱਚ ਅਸੀਂ ਆਪਣੇ ਰਜੇਵੇਂ ਸੱਜਣ ਮਿੱਤਰਾਂ ਨੂੰ ਮਿਲਣ ਤੋਂ ਬਾਅਦ ਜਿੱਥੇ ਜਿੱਥੇ ਸਾਡੇ ਕੋਲ ਟਾਈਮ ਹੁੰਦਾ ਪਹੁੰਚੀਦਾ ਜ਼ਰੂਰ ਹੈ ਜਿੱਥੇ ਕੋਈ ਸੱਜਣ ਸਾਨੂੰ ਸੱਦਦਾ ਸੋ ਇਹਨਾਂ ਲਫ਼ਜ਼ਾਂ ਨਾਲ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਸੋਹਣਾ ਤੁਸੀਂ ਇਸ ਸੱਭਿਆਚਾਰਕ ਵਿਰਸੇ ਨੂੰ ਅੱਗੇ ਤੋਰ ਰਹੇ ਹੋ ਰਾਮੂਵਾਲੀਆ ਸਾਹਿਬ ਦਾ ਤਾਂ ਸਮੁੱਚੇ ਵਰਲਡ 'ਚ ਵੱਸਦੇ ਪੰਜਾਬੀਆਂ ਦੇ ਕੋਲ ਵੱਡਾ ਮਾਣ ਹੈ ਕਿ ਜਦੋਂ ਕਿਤੇ ਕੋਈ ਸਮੱਸਿਆ ਹੁੰਦੀ ਹੈ ਤਾਂ ਉਹਨਾਂ ਨੂੰ ਸਰਦਾਰ ਰਾਮੂਵਾਲੀਆ ਆਪਣੇ ਮੋਢੇ ਨਾਲ ਖੜ੍ਹਾ ਦਿਖਦਾ ਔਰ ਜਿੰਨੀਆਂ ਸਮੱਸਿਆਵਾਂ ਪ੍ਰਵਾਸੀ ਵੀਰਾਂ ਦੀਆਂ ਸਨ ਉਹਨਾਂ ਨੂੰ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਜਿਹੜਾ ਹੈ ਨਜਿੱਠਿਆ ਹੈ ਖਾਸ ਕਰਕੇ ਜਿਹੜੀਆਂ ਖਾਸ ਏਅਰਪੋਰਟਸ ਦੇ ਉੱਤੇ ਸਮੱਸਿਆਵਾਂ ਆਉਂਦੀਆਂ ਸਨ ਅੱਜ ਵੀ ਲੋਕ ਯਾਦ ਕਰਦੇ ਨੇ ਜਦੋਂ ਕਿਸੇ ਨੂੰ ਸਮੱਸਿਆ ਆਉਂਦੀ ਕਿ ਮੇਰੇ ਨਾਲ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਖੜ੍ਹੇ ਨੇ ਸੋ ਰਾਮੂਵਾਲੀਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤਜਿੰਦਰ ਜੀ ਹੋਣੀ ਸਾਰੇ ਸੱਜਣਾਂ ਦਾ ਇਸੇ ਨਾਲ ਹੀ ਸਰ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆ ਫੋਟੋਗ੍ਰਾਫਰ ਨੂੰ ਬੇਨਤੀ ਕਰਦਾ ਇਹਨਾਂ ਦੀ ਫੋਟੋ ਖਿੱਚਣ ਔਰ ਰਾਮੂਵਾਲਾ ਸਾਹਿਬ ਮੈਨੂੰ ਉਦੋਂ ਇੱਦਾਂ ਲੱਗਦਾ ਸੀ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਕੈਬਨਿਟ ਮੰਤਰੀ ਬਾਦਲ ਸਰਕਾਰ ਇਹ ਜਦੋਂ ਵਾਰ ਵਾਰ ਸ਼ਰਨਜੀਤ ਜੀ ਕਹਿੰਦੇ ਸੀਗੇ ਆ ਸਾਡੇ ਗਿੱਲ ਆ ਗਏ ਸਾਡੇ ਗਿੱਲ ਆ ਗਏ ਮੈਂ ਤਲਵਿੰਦਰ ਢਿੱਲੋਂ ਹੁਣ ਮੈਂ ਵੀ ਕਹਿੰਦਾ ਸਾਡਾ ਢਿੱਲੋਂ ਵੀ ਆ ਗਿਆ ਇੱਕ ਵਾਰ ਜ਼ੋਰਦਾਰ ਤਾੜੀਆਂ ਸ਼ਰਨਜੀਤ ਸਿੰਘ ਢਿੱਲੋਂ ਹੋਣਾਂ ਲਈ ਜਿਹੜੇ ਕਿ ਬਾਦਲ ਸਾਹਿਬ ਦੇ ਬਹੁਤ ਨਜ਼ਦੀਕੀ ਨੇ ਬਹੁਤ ਨੇੜੇ ਨੇ ਸੋ ਹੁਣ ਮੈਂ ਬੇਨਤੀ ਕਰੂੰਗਾ ਜਿਹੜਾ ਸਾਡਾ ਨਵਾਂ ਜੱਥਾ ਜਿਹੜੇ ਗਰਮੇਲ ਪੰਧੇਰ ਹੁਣੀ ਗਾ ਹਾਂਜੀ 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 ਜਿਹੜੇ ਗਰਮੇਲ ਪੰਧੇਰ ਹੁਣੀ ਗਾ ਕੇ ਗਏ ਨੇ ਉਹਨਾਂ ਦਾ ਲਖਤੇ ਜਿਗਰ ਨਾਜਰ ਪੰਧੇਰ ਜ਼ੋਰਦਾਰ ਤਾੜੀਆਂ ਨਾਜਰ ਪੰਧੇਰ ਲਈ ਥੈਂਕ ਯੂ
ਗੁਰੂ ਦੀ ਸਾਜੀ ਨਿਵਾਜੀ ਸਾ ਸੰਗ ਜੀ ਬਹੁਤ ਉੱਤਮ ਕਰਮ ਕਰੀ ਸੀ ਤੁਹਾਡੇ ਦਰਸ਼ਨ ਹੋਏ ਸੱਜਣਾਂ ਦੇ ਮਿੱਤਰਾਂ ਦੇ ਸਾਡੇ ਜਿਹੜੇ ਬਜ਼ੁਰਗ ਨੇ ਸਾਡੀਆਂ ਮਾਤਾਂ ਸਾਡੀਆਂ ਭੈਣਾਂ ਕਹਿੰਦਾ ਖੇੜੇ ਵਛਾਏ ਰੱਬ ਦੇ ਵਸਦੇ ਜਿੱਥੇ ਕਦਮ ਪਖੀਰਾਂ ਪਾਏ ਸੁੱਖ ਵਸੀ ਬਾਬੇ ਦੀ ਨਗਰੀ ਤੇਰੀ ਸਤਿਗੁਰ ਵੇਲ ਵਧਾਏ ਜੀ ਆਇਆ ਅੱਖਾਂ ਇਹਨਾਂ ਸੱਜਣਾਂ ਨੂੰ ਜੀ ਆਇਆ ਅੱਖਾਂ ਇਹਨਾਂ ਸੱਜਣਾਂ ਨੂੰ ਭਾਗਾਂ ਨਾਲੇ ਹੋਏ ਦਦਾਰ ਤੁਹਾਡੇ ਆ ਕੇ ਜੱਚ ਗਿਓ ਵਿੱਚ ਤਾਂ ਮਹਿਫਲਾਂ ਦੇ ਉੱਚੇ ਸੁੱਚੇ ਨੇ ਸੁਭ ਵਿਚਾਰ ਤੁਹਾਡੇ ਲੈ ਕੇ ਸਰਦਾ ਦੇ ਫੁੱਲ ਦਲਵਾਰ ਸਿੰਘਾਂ ਪਾਵਾਂ ਗੁੰਦ ਕੇ ਗਲੇ ਵਿੱਚ ਹਾਰ ਤੁਹਾਡੇ ਦੋਨੇ ਹੱਥ ਜੋੜ ਕੇ ਸਾਡੇ ਜਿਹੜਾ ਇਹ ਪਰਿਵਾਰ ਆ ਪਾਰਸ਼ ਪਰਿਵਾਰ ਜਿਹਨਾਂ ਬਾਰੇ ਮੈਂ ਸ਼ਬਦ ਕਹਾਂ ਬਹੁਤ ਘੱਟ ਨੇ ਗੁਰਸੰਗਤੀ ਸਾਡੇ ਰਾਮੂਵਾਲਾ ਸਾਹਿਬ ਅਤੇ ਸਾਡੇ ਬਾਪੂ ਜੀ ਜਿਨ੍ਹਾਂ ਦਾ ਬਹੁਤ ਵੱਡਾ ਸਾਡੇ 'ਤੇ ਹੱਥ ਹੈ ਦੋਨੇ ਹੱਥ ਜੋੜ ਕੇ ਸਾਰੀ ਸੰਗਤ ਕਹਿ ਦਿਓ ਸਤਿਨਾਮ ਸ੍ਰੀ ਵਾਹਿਗੁਰੂ ਆਓ ਜੀ ਤਲਵਾਰ ਗਿਆ ਜਿਹੜੇ ਰਾਨੂੰ ਗੁਰੂ ਇਹ ਤੁਰਿਆ ਚੁੱਕਦਾ ਸਭ
ਲਓ ਜੀ ਕਹਿੰਦੇ ਕਲੀ ਲਾਉਣੀ ਹੈ ਇੱਕ ਕਲੀ ਲਾਵਾਂ ਹੀਰ ਦੀ ਕਰੀ ਮੈਂ ਪੈਸੇ ਯਾਰ 500 ਰੁਪਈਆ ਤਾਂ ਮੈਂ ਇਹਨਾਂ ਦੇ ਸਟੇਜ 'ਤੇ ਆਉਣ 'ਤੇ ਇਹਨਾਂ ਨੂੰ ਦਿੰਦਾ 500 ਰੁਪਈਆ ਸਰਪੰਚ ਮਹਿਰੋ ਵਾਲੇ ਹੁਣ ਤਾਂ ਕੈਨੇਡਾ ਰਹਿੰਦੇ ਆ ਉਹਨਾਂ ਵੱਲੋਂ ਹੈ ਅਤੇ ਆਹ 100 ਤਾਂ ਕਿੰਨੇ ਹੀ ਸੀ ਸਤਿੰਦਰਪਾਲ ਸਿੰਘ ਸਿੱਧਵਾਂ ਉਹਨਾਂ ਵੱਲੋਂ ਮਾਇਆ ਤਾਂ ਜਿੰਨੇ ਉਹੀ ਲੈ ਲਾ ਹੋ ਮਾਈ ਗੋਡ ਅਸਲ 'ਚ ਉਹ ਤਾਂ ਇਹ ਲੇਟ ਗਏ ਪਰ ਜਿੰਨਾ ਲੇਟ ਆ ਉਹਨਾਂ ਖੱਟ ਗਏ ਆ 1000 ਮਿਲਿਆ ਮਨਿਸਟਰ ਸਾਹਿਬ ਵੱਲੋਂ ਇਹਨਾਂ ਨੂੰ ਲਓ ਬਾਈ ਸਾਨੂੰ ਤਾਂ ਲੱਖ ਦੇ ਗਿਆ ਤੇ ਚਮਕੌਰ ਸਿੰਘ ਸੇਖੋਂ ਭੁਤ ਨੇ ਜਿੰਦ ਜਾਨ ਹੈ ਸਾਡੀ ਬਾਪੂ ਜੀ ਦੀ ਕਦਰ ਬੜੀ ਕੀਤੀ ਹੈ ਆਹ 100 ਤੁਹਾਨੂੰ ਭਾਈ ਆਹ ਇੱਕ ਹੋਰ 100 ਮਨਿਸਟਰ ਸਾਹਿਬ ਜਦੋਂ ਕਹਿਣਗੇ ਉਦੋਂ ਹੀ ਬੁਲਾ ਦੇਣੇ ਹੁਣੇ ਬੋਲਣੇ ਆਈ ਜਾਓ ਗੱਲ ਸੁਣੋ ਢਿੱਲੋਂ ਸਾਹਿਬ ਜੇ ਤਾਂ ਕਲੀ ਸੁਣਨੀ ਹੈ ਮਨਿਸਟਰ ਸਾਹਿਬ ਵੀ ਸਾਡੇ ਮਿਹਰਬਾਨ ਹੈ ਪਰ ਮੀਂਹ ਹਟਾ ਦਿਓ ਤੇ ਆਪ ਵਰ ਜਿਓ ਅੱਜ ਚੰਗਾ ਕਲੀ ਸਾਡੇ ਮਨਿਸਟਰ ਸਾਹਿਬ ਜਾ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਕੁੱਟਣ ਕੁੱਟਣ ਵਾਰ ਧੰਨਵਾਦ ਸਾਡੇ ਵੀਰ ਜੀ ਮਨਜੀਤ ਜੀ ਖੜੇ ਨੇ ਬਹੁਤ ਜ਼ਿਆਦਾ ਜਿਹਨਾਂ ਦਾ ਮੈਂ ਨਾਮ ਨਹੀਂ ਜਾਣਦਾ ਆਪਣੇ ਨਜਦੀਪ ਸਿੰਘ ਜੀ ਕੁਲਵਿੰਦਰ ਸਿੰਘ ਜੀ ਢਿੱਲੋਂਗੇ ਅਤੇ ਯੂਕੇ ਜਿਹਨਾਂ ਦਾ ਬਹੁਤ ਪਿਆਰ ਦਾ ਸਦਕਾ ਅਤੇ ਇੱਕ ਕਲੀ ਹੀਰ ਦੀ ਕਹਾ ਕੌਣ ਵਕਤ ਦੀ ਗੁਰਸ਼ੰਗਤ ਜੀ ਜਦੋਂ ਹੀਰ ਡੋਲੀ ਚੜ੍ਹਦੀ ਆ ਜੱਟ ਰਾਂਝਾ ਖੜਾ ਵੇਖਦਾ ਆਹਾ ਚੈਣ ਚੱਕ ਲੱਗਿਆ ਚੰਮਣ ਨੂੰ ਹੱਥ ਗੁਰਸ਼ੰਗਤ ਜੀ ਜੱਟ ਰਾਂਝੇ ਦੀ ਤਾਹ ਲਿਖੜੀ ਗਈ ਕਹਿੰਦਾ ਹੀਰੇ ਹੀਰੇ ਗੁਰਸੰਗਤ ਹੀਰ ਡੋਲੀ ਚੜ੍ਹਦੀ ਆ ਜੱਟ ਦੂਰ ਖੜਾ ਦੇਖਦਾ ਕਿਵੇਂ ਤਾਹਾਂ ਮਾਰਦਾ ਦੱਸੀ ਮੰਗੀ ਰਾਮ ਮੰਗੀ ਹੇ ਆ ਕਹਿੰਦਾ ਆਈ
ਮਿਸਟਰ ਸਾਹਿਬ ਨੂੰ ਫੋਨ ਆ ਗਿਆ ਇਹ ਤਾਂ ਆਪਾਂ ਦਿਨ ਛਪਾ ਲੈਣਾ ਮੈਂ ਸਿਰਫ ਹੁਣ 2 ਮਿੰਟ ਮਾਨਯੋਗ ਮਿਨਿਸਟਰ ਸਾਹਿਬ ਜੀ ਸਾਡੇ ਉਹਨਾਂ ਲਈ ਬੋਲਦਾ ਮੈਂ ਉਹਨਾਂ ਨੂੰ ਬੇਨਤੀ ਕਰ ਲਈ ਹੈ ਆ ਗਏ ਹੈ ਦੇਖੋ ਲੋਕੋ ਮੰਤਰੀ ਬੜੇ ਆਪ ਮੈਂ ਕੇਂਦਰ 'ਚ ਮੰਤਰੀ ਰਿਹਾ ਪਰ ਦਿਲ ਦਰਿਆ ਮਿੱਤਰਾਂ ਦੇ ਮਿੱਤਰ ਅਤੇ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਅਤੇ ਗਿਆਨਵਾਨ ਅਤੇ ਦੁਨੀਆ ਵਿੱਚ ਜਾਣੇ ਜਾਂਦੇ ਅਸੀਂ ਜਦੋਂ ਵਿਦੇਸ਼ ਦੀ ਨੀਤੀ ਦੀ ਗੱਲ ਕਰਦੇ ਹਾਂ ਤਾਂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਹੈ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਸਰਬ ਕਲਾ ਸੰਪੂਰਨ ਮਿਨਿਸਟਰ ਹੈ ਅਸੀਂ ਜਦੋਂ ਰਾਇ ਕਰਦੇ ਵੀ ਕੀ ਫੈਸਲੇ ਕਰਨੇ ਹੈ ਜਕਾਰਾ ਛੱਡੋ ਬਾਈ ਬੋਲੇ ਸੋ ਨਿਹਾਲ ਅਸੀਂ ਜਦੋਂ ਫੈਸਲੇ ਕਰਦੇ ਹਾਂ ਹਾਈ ਲੈਵਲ 'ਤੇ ਸਰਦਾਰ ਸੁਖਬੀਰ ਸਿੰਘ ਜੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਸਾਡੀ ਕੋਰ ਕਮੇਟੀ ਉਹ ਸਭ ਸਲਾਹਾਂ ਲੈਣ ਵੇਲੇ ਸਭ ਤੋਂ ਵੱਧ ਧਿਆਨ ਨਾਲ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਸਾਹਿਬ ਦੀ ਜਿਹੜੀ ਰਾਏ ਹੁੰਦੀ ਹੈ ਦਲੀਲ ਹੈ ਉਹਨੂੰ ਮੰਨਦੇ ਹੈ ਮੈਂ ਇਹਨਾਂ ਨੇ ਤਕਲੀਫ ਕੀਤੀ ਲੁਧਿਆਣੇ ਚੱਲੇ ਹੈ ਸ਼ਾਇਦ ਕੋਈ ਰਸਤਾ ਪੁਲਿਸ ਵਾਲਿਆਂ ਨੂੰ ਚਾਹੀਦਾ ਸੀ ਜਿੱਤ ਵੱਲੋਂ ਸਿੱਧਾ ਲੈ ਆਉਂਦੇ 55 ਮਿੰਟ ਜਾਂ 65 ਮਿੰਟ ਲੱਗਣੇ ਸੀ ਟਾਈਮ ਲੱਗ ਗਿਆ ਮੈਂ ਸਰਦਾਰ ਸਾਹਿਬ ਤੁਹਾਡੇ ਚਰਨ ਸਾਡੇ ਪਿੰਡ ਪਏ ਹੈ ਮੈਂ ਸਵਾਗਤ ਕਰਦਾ ਸਾਡਾ ਬੱਚਾ ਅੱਖਾਂ 'ਤੇ ਪਲਕਾਂ 'ਤੇ ਤੁਹਾਨੂੰ ਬਿਠਾਉਂਦੇ ਹੈ ਤੁਸੀਂ ਸਾਡੇ ਪਰਿਵਾਰ ਹੈ ਤੁਸੀਂ ਸਾਡੇ ਸਤਿਕਾਰ ਹੈ ਤੁਸੀਂ ਸਾਡਾ ਪਰਿਵਾਰ ਵੀ ਹੈ ਸਤਿਕਾਰ ਵੀ ਹੈ ਸਾਡੀ ਸਰਕਾਰ ਵੀ ਹੈ ਸੋ ਮੈਂ ਤੁਹਾਨੂੰ ਇਹਨਾਂ ਸ਼ਬਦਾਂ ਨਾਲ ਜੀ ਆਇਆ ਕਹਿੰਦਾ ਸੋ ਸ਼ਰਨਜੀਤ ਸਿੰਘ ਢਿੱਲੋਂ ਲੁਧਿਆਣੇ ਜ਼ਿਲ੍ਹੇ ਦੇ ਰਹਿਣ ਵਾਲੇ ਹੈ ਸੰਸਾਰ 'ਚ ਪ੍ਰਸਿੱਧ ਹੈ ਯੂਥ ਵਿੰਗ ਅਕਾਲੀ ਦਲ ਦਾ ਕੋਈ ਗੁੱਸਾ ਨਾ ਕਰੇ ਇਹੀ ਚਲਾ ਗਏ ਉਦੋਂ ਮਗਰੋਂ ਚੱਲਿਆ ਤਾਂ ਸੀ ਪਰ ਟਾਇਰਾਂ 'ਚ ਹਵਾ ਉੱਨੀ ਨਹੀਂ ਸੀ ਜਿੰਨੀ ਇਹਨਾਂ ਵੇਲੇ ਸੀ ਸੋ ਇਹ ਬਹੁਤ ਜਥੇਬੰਦਕ ਯੋਗਤਾ ਰੱਖਦੇ ਹੈ ਐਡਮਿਨਿਸਟ੍ਰੇਸ਼ਨ ਰੱਖਦੇ ਹੈ ਪਹਿਲਾਂ ਵਜ਼ੀਰ ਸੀਗੇ ਸੜਕਾਂ ਦੇ ਹੁਣ ਜੇ ਸੜਕਾਂ ਦੇ ਤੂੰ ਚਾਹੇ ਵਜ਼ੀਰ ਨਹੀਂ ਰਹੇ ਸਾਡੀ ਇੱਕ ਸੜਕ ਦਾ ਨਾਂ ਬਾਪੂ ਜੀ ਦੇ ਨਾਂ 'ਤੇ ਰੱਖ ਕੇ ਜਾਇਓ ਸੁਖਬੀਰ ਸਿੰਘ ਬਾਦਲ ਜੀ ਨੇ ਖੁਦ ਆਉਣਾ ਸੀ ਮੇਰੀ ਮੌਜੂਦਗੀ 'ਚ ਫੋਨ ਕੀਤਾ ਕਿ ਜਾਇਓ ਮੇਰੇ ਵੱਲੋਂ ਜਾਇਓ ਮੈਂ ਕਿਹਾ ਜੀ ਉਹ ਤਾਂ ਮੈਂ ਅੱਡ ਸੱਦਣੇ ਕਹਿੰਦੇ 2-in-1 ਮੇਰੇ ਵੱਲੋਂ ਵੀ ਆਪਦੇ ਵੱਲੋਂ ਵੀ ਉਹ ਆ ਗਏ ਹੈ ਮੈਂ ਤੁਹਾਨੂੰ ਜੀ ਆਇਆ ਕਹਿੰਦਾ ਛਾਤੀ ਖੋਲ੍ਹ ਕੇ ਬਾਹਾਂ ਖੋਲ੍ਹ ਕੇ ਸਿਰ 'ਤੇ ਬਿਠਾ ਕੇ ਸਾਡਾ ਮਾਣ ਹੈ ਤੁਸੀਂ ਅਸੀਂ ਤੁਹਾਨੂੰ ਜੀ ਆਇਆ ਕਹਿੰਦੇ ਹਾਂ ਸਰਦਾਰ ਢਿੱਲੋਂ ਸਾਹਿਬ ਨੇ ਕਿਉਂਕਿ ਅੱਗੇ ਮੀਟਿੰਗ ਰੱਖੀ ਹੈ ਜਾਣਾ ਅਤੇ ਜਕਾਰਾ ਛੱਡ ਕੇ ਮੈਂ ਸਵਾਗਤ ਕਰਦਾ ਮੈਂ ਮੰਗ ਨਹੀਂ ਮੰਗਦਾ ਜੋ ਦੇਣਾ ਦੇ ਦਿਓ ਅਤੇ ਨਾ ਦਿੱਤਾ ਤਾਂ ਵੀ ਭਲਾ ਦੇਤਾ ਤਾਂ ਵੀ ਭਲਾ ਅਤੇ ਮੈਂ ਕਿਉਂਕਿ ਘਰੇ ਆਏ ਹੈ ਮੇਰੇ ਸਾਥੀ ਹੈ ਜਕਾਰਾ ਛੱਡਦੇ ਹੈ ਮਹਾਰਾਜ ਲੰਮੀ ਉਮਰ ਦੇਵੇ ਵੱਡੀਆਂ ਪਦਵੀਆਂ ਦੇਵੇ ਹੋਰ ਤਰੱਕੀ ਕਰਨ ਊਂ ਵੀ ਹੁਣ ਤੁਹਾਨੂੰ ਪਤਾ ਨਹੀਂ ਆ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਫਰੀਦਕੋਟ ਤੋਂ ਲੈ ਕੇ ਮੋਹਾਲੀ ਤਾਈਂ 32 MLA ਹੈ ਇਕੱਲਾ ਹੀ ਜਿੱਤੇ ਆ ਬਾਕੀ ਸਾਰੇ ਵਿਚਾਰੇ ਮੀਂਹ ਜਿਹੇ 'ਚ ਭਿੱਜ ਗਏ ਜਕਾਰਾ ਛੱਡ ਗਏ ਬੋਲੇ ਸੋ ਨਿਹਾਲ ਮਾਨਯੋਗ ਸਰਦਾਰ ਢਿੱਲੋਂ ਸਾਹਿਬ ਵਿਚਾਰ ਰੱਖਣਗੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਸਾਥੀ ਸਰਦਾਰ ਬਲਵੰਤ ਸਿੰਘ ਜੀ ਰਾਮੂਵਾਲੀਆ ਸਾਹਿਬ ਬਹੁਤ ਹੀ ਸਤਿਕਾਰਯੋਗ ਸਮੂਹ ਨਗਰ ਵਾਸੀਓ ਇਲਾਕੇ ਦੇ ਵਿੱਚੋਂ ਆਏ ਹੋਏ ਪਤਵੰਤੇ ਸੱਜਣੋ ਮੇਰੀ ਭੈਣੋ ਅਤੇ ਮਾਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਹੁਕਮ ਦਿੱਤਾ ਕਿ ਬਾਪੂ ਕਰਨੈਲ ਸਿੰਘ ਪਾਰਸ ਦੀ ਮਿੱਠੀ ਯਾਦ ਵਿੱਚ ਮੇਰੇ ਵੱਲੋਂ ਤੁਸੀਂ ਹਾਜ਼ਰੀ ਲਵਾ ਕੇ ਆਓ
ਮਿੱਤਰੋ ਦੁਨੀਆ ਦੇ ਵਿੱਚ ਲੋਕ ਆਉਂਦੇ ਨੇ ਤੇ ਚਲੇ ਜਾਂਦੇ ਨੇ ਬਹੁਤ ਵਿਰਲੇ ਲੋਕ ਹੁੰਦੇ ਨੇ ਜਿਹਨੂੰ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਦੇ ਨੇ ਸਰਦਾਰ ਕਰਨੈਲ ਸਿੰਘ ਜੀ ਪਾਰਸ ਵਰਗਾ ਇਨਸਾਨ ਸਰਦਾਰ ਕਰਨੈਲ ਸਿੰਘ ਪਾਰਸ ਵਰਗਾ ਕਵੀਸ਼ਰ ਕੋਈ ਬੁਰਾ ਨਾਮ ਮਨਾ ਲਵੇ ਮੈਂ ਨਹੀਂ ਸਮਝਦਾ ਮੇਰੀ ਸੋਚ ਦੇ ਮੁਤਾਬਕ ਉਹ ਜਿਹਾ ਕੋਈ ਇਨਸਾਨ ਉਹੋ ਜਿਹਾ ਕੋਈ ਕਵੀਸ਼ਰ ਇਸ ਧਰਤੀ ਦੇ ਵਿੱਚ ਕੋਈ ਹਾਲੇ ਤੱਕ ਕੋਈ ਜੰਮਿਆ ਤੁਸੀਂ ਯਾਦ ਰੱਖੋ ਸਮਾਂ ਬਦਲ ਗਿਆ ਅੱਜ ਰੰਗ ਬਿਰੰਗੇ ਗੀਤਕਾਰ ਆ ਰਹੇ ਨੇ ਮੁਬਾਰਕਬਾਦ ਉਹਨਾਂ ਨੂੰ ਲੇਕਿਨ ਕੋਈ ਸਮਾਂ ਸੀ ਜਦੋਂ ਆਸਾ ਦੀ ਵਾਰ ਲੱਗਿਆ ਕਰਦੀ ਸੀ ਤੜਕੇ ਹੀ ਅਤੇ ਸ਼ਾਮ ਨੂੰ ਸਰਦਾਰ ਕਰਨੈਲ ਸਿੰਘ ਪਾਰਸ ਦੀਆਂ ਵਾਰਾਂ ਲਾਊਡ ਸਪੀਕਰ ਦੇ ਉੱਤੇ ਸੁਣਨ ਨੂੰ ਮਿਲਿਆ ਕਰਦੀਆਂ ਸੀ ਲੋਕ ਖੇਤਾਂ ਦੇ ਵਿੱਚ ਖੜ ਕੇ ਉਸ ਮੌਕੇ ਸੁਣਿਆ ਕਰਦੇ ਸੀ ਕਿ ਕਰਨੈਲ ਸਿੰਘ ਪਾਰਸ ਦੀ ਜੋ ਵਾਰ ਚੱਲ ਰਹੀ ਹੈ ਮੈਂ ਇਹਨੂੰ ਸੁਣ ਲਵਾਂ ਮੈਂ ਇਸ ਨਗਰ ਨੂੰ ਮੁਬਾਰਕਬਾਦ ਦਿੰਦਾ ਨਗਰ ਤਾਂ ਪੰਜਾਬ 'ਚ ਬਹੁਤ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਨਗਰ ਨੇ ਕਿੰਨੇ ਕੁ ਨਗਰ ਮਸ਼ਹੂਰ ਹੋਏ ਨੇ ਜਾਂ ਬਾਦਲ ਸਾਹਿਬ ਦਾ ਨਗਰ ਮਸ਼ਹੂਰ ਹੋਇਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤਾ ਸੁਖਬੀਰ ਸਿੰਘ ਬਾਦਲ ਨੇ ਕੀਤਾ ਕਵੀਸ਼ਰ ਬਣ ਕੇ ਵਾਰਾਂ ਗਾ ਕੇ ਸਰਦਾਰ ਕਰਨੈਲ ਸਿੰਘ ਨੇ ਰਾਮੂਵਾਲੀਏ ਦਾ ਨਾਂ ਵਰਲਡ ਦੇ ਨਕਸ਼ੇ ਦੇ ਉੱਤੇ ਲੈ ਆਉਂਦਾ ਮੈਂ ਉਹਨਾਂ ਦੀ ਸੋਚ ਨੂੰ ਮੁਬਾਰਕਬਾਦ ਦਿੰਦਾ ਔਰ ਉਸ ਤੋਂ ਬਾਅਦ ਮਿੱਤਰੋ ਸਰਦਾਰ ਬਲਵੰਤ ਸਿੰਘ ਜੀ ਰਾਮੂਵਾਲੀਆ ਉੱਠੇ ਇਹਨਾਂ ਨੇ ਉਹਨਾਂ ਦੀ ਜੀਵਨੀ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ਜੇ ਕਵੀਸ਼ਰੀ ਦੇ ਖੇਤਰ ਦੇ ਵਿੱਚ ਰਹੇ ਉੱਥੇ ਵੀ ਟੌਪ 'ਤੇ ਜੇ ਸਿਆਸਤ ਦੇ ਵਿੱਚ ਆਏ ਤਾਂ ਉੱਥੇ ਵੀ ਟੌਪ 'ਤੇ ਜਿਵੇਂ ਕੋਈ ਆਖਦਾ ਕਿ ਟੀਸੀ ਦਾ ਬੇਰ ਕੋਈ ਕੋਈ ਖਾ ਸਕਦਾ ਕੋਈ ਖਾ ਤਾਂ ਨਹੀਂ ਸਕਦਾ ਬਥੇਰੇ ਇੱਟਾਂ ਬਿੱਟੇ ਵੱਜਦੇ ਨੇ ਲੇਕਿਨ ਟੀਸੀ ਦਾ ਬੇਰ ਤਾਂ ਕਿਸੇ ਕਿਸੇ ਨੂੰ ਲਾਉਣਾ ਆਉਂਦਾ ਉਹ ਸਰਦਾਰ ਬਲਵੰਤ ਸਿੰਘ ਰਾਮੂਵਾਲੀਏ ਨੂੰ ਲਾਉਣਾ ਆਉਂਦਾ ਮਿੱਤਰੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੋਈ ਇਹਨਾਂ ਦੇ ਵਿੱਚ ਗੁਣ ਦੇਖਿਆ ਹੋਊਗਾ ਜਿਸ ਮੌਕੇ ਇਹਨਾਂ ਨੂੰ ਆਪਣੀ ਸੀਟ ਛੱਡੀ ਜਿਸ ਮੌਕੇ ਬਾਦਲ ਸਾਹਿਬ ਸੈਂਟਰ 'ਚ ਮਨਿਸਟਰ ਬਣੇ ਬਾਅਦ 'ਚ ਆ ਕੇ ਚੀਫ ਮਨਿਸਟਰ ਬਣੇ ਅਤੇ ਆਪਣੀ ਸੀਟ ਕਿਹਦੇ ਵਾਸਤੇ ਖਾਲੀ ਕੀਤੀ ਸਰਦਾਰ ਬਲਵੰਤ ਸਿੰਘ ਵਾਸਤੇ ਖਾਲੀ ਕੀਤੀ ਉਸ ਮੌਕੇ ਵੀ ਸੱਜਣ ਬਹੁਤ ਸੀ ਲੇਕਿਨ ਇਹਨਾਂ ਦੀ ਉਮਰ ਵੀ ਉਸ ਮੌਕੇ ਬਹੁਤ ਛੋਟੀ ਸੀ ਲੇਕਿਨ ਛੋਟੀ ਉਮਰ ਦੇ ਵਿੱਚ ਵੀ ਬਾਦਲ ਸਾਹਿਬ ਨੇ ਕੋਈ ਗੁਣ ਦੇਖਿਆ ਅਤੇ ਉਸ ਤੋਂ ਬਾਅਦ ਪਹਿਲੀ ਵਾਰੀ ਪਾਰਲੀਮੈਂਟ ਦਾ ਮੈਂਬਰ ਬਣ ਕੇ ਫਿਰ ਪਿੱਛੇ ਨਹੀਂ ਮੁੜ ਕੇ ਦੇਖਿਆ ਚਾਹੇ ਰਾਜ ਸਭਾ ਦੇ ਰਾਹੀਂ ਗਏ ਚਾਹੇ ਕਿਸੇ ਵੀ ਮੋਰੀ ਰਾਹੀਂ ਗਏ ਚੰਡੀ ਵਾਲੀਆਂ ਕਾਰਾਂ ਦੇ ਵਿੱਚ ਹੀ ਬੈਠਦੇ ਰਹੇ ਦਿੱਲੀ ਦੇ ਵਿੱਚ ਜਾ ਕੇ ਝੂਟੇ ਲਏ ਸਰਦਾਰ ਬਲਵੰਤ ਸਿੰਘ ਰਾਮੂਵਾਲੀਏ ਨੇ ਤੁਹਾਡੇ ਪਿੰਡ ਦੇ ਵਿੱਚ ਜਨਮ ਲੈ ਕੇ ਮਿੱਤਰੋ ਇਹੋ ਜਿਹੇ ਸੱਜਣ ਘੱਟ ਪਿੰਡਾਂ ਦੇ ਵਿੱਚ ਜੰਮਦੇ ਨੇ ਪਰ ਦੁਨੀਆ ਦੇ ਅੰਦਰ ਜਿਵੇਂ ਜਿਵੇਂ ਗਾਹਾਂ ਨੂੰ ਵਾਧਾ ਕੋਈ ਵੀਰ ਬੇਸ਼ੱਕ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਮੈਂ ਸਮਝਦਾ ਉਹਨਾਂ ਲੋਕਾਂ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਉਹਨਾਂ ਨਾਲ ਪਿਆਰ ਅਤੇ ਮੁਹੱਬਤ ਕਰਨੀ ਚਾਹੀਦੀ ਹੈ ਕਿ ਸਾਡੇ ਪਿੰਡ ਨੂੰ ਤੂੰ ਵਰਲਡ ਦੇ ਨਕਸ਼ੇ ਦੇ ਉੱਤੇ ਲੈ ਗਿਆ
ਬਹੁਤ ਕੁਝ ਕਿਹਾ ਜਾ ਸਕਦਾ ਹੈ ਮੇਰੇ ਨਿੱਜੀ ਸਾਥੀ ਨੇ। ਅਸੀਂ ਚਾਹੇ ਦੋਹਾਂ ਨੇ ਇਕੱਠਿਆਂ ਇਲੈਕਸ਼ਨ ਵੀ ਲੜੀ, ਲੇਕਿਨ ਪਿਆਰ ਅਤੇ ਮੁਹੱਬਤ ਨਾਲ ਲੜੀ, ਪਿਆਰ ਅਤੇ ਮੁਹੱਬਤ ਨਾਲ ਲੜੀ। ਅੱਜ ਵੀ ਸਾਡੀ ਦੋਹਾਂ ਦੀ ਬਹੁਤ ਜ਼ਿਆਦਾ ਬਣਦੀ ਹੈ, ਬਹੁਤ ਜ਼ਿਆਦਾ ਬਣਦੀ ਹੈ। ਮੈਂ ਧੰਨਵਾਦ ਕਰਦਾ ਇਹਨਾਂ ਦਾ ਕਿ ਇਹਨਾਂ ਨੇ ਬਾਲ ਸਾਹਿਬ ਦੀ ਜਦੋਂ ਮਜਬੂਰੀ ਹੋਈ ਤਾਂ ਮੇਰਾ ਲੋ ਰੱਖਿਆ ਕਿ ਇਹਨਾਂ ਨੂੰ ਭੇਜੋ ਮੇਰੇ ਪਿੰਡ ਦੇ ਵਿੱਚ। ਅਤੇ ਮੈਂ ਬਾਪੂ ਜੀ ਦੀ ਇਸ ਬਰਸੀ ਦੇ ਉੱਤੇ ਆ ਕੇ ਸੱਟ ਪੁੱਛੋਂ ਬਹੁਤ ਜ਼ਿਆਦਾ ਖੁਸ਼ ਹੋਇਆ, ਬਹੁਤ ਜ਼ਿਆਦਾ ਖੁਸ਼ ਹੋਇਆ। ਬਾਕੀ ਵੱਡੇ ਗੱਫੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ, ਰਾਮੂਵਾਲ ਸਾਹਿਬ ਜਿੰਨੇ ਮਰਜ਼ੀ ਲੈ ਲੈਣ, ਲੇਕਿਨ ਜਿਹੜਾ ਮੈਨੂੰ ਹੁਕਮ ਹੋਇਆ ਇਸ ਪਿੰਡ ਰਾਮੂਵਾਲ ਜੀ ਤੋਂ ਲੈ ਕੇ ਮੋਗਾ ਬਹੌਨਾ ਮਹਿਰੋ ਰਾਮੂਵਾਲੀਆ ਰੋਡ ਦਾ ਨਾਂ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਰੱਖਿਆ ਜਾਵੇਗਾ। ਬਾਕੀ ਜਿਹੜੀ ਉਹਦਾ ਉਦਘਾਟਨ ਕਰਨ ਵਾਸਤੇ ਵੀ ਰਾਮੂਵਾਲੀਆ ਸਾਹਿਬ ਆਪਾਂ ਦੋਨੇ ਹੀ ਆਵਾਂਗੇ। ਪੱਕਾ ਹੋ ਗਿਆ ਜੀ, ਬੋਲੇ ਸੋ ਨਿਹਾਲ। ਇਹ ਨਾ ਹੋਵੇ, ਦੇਖੋ ਜਾਂ ਤਾਂ ਸੱਦ ਲਿਓ ਸੁਖਬੀਰ ਸਿੰਘ ਬਾਦਲ ਨੂੰ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ, ਉਹ ਤੋਂ ਬਾਅਦ ਫਿਰ ਮੈਨੂੰ ਹੀ ਸੱਦਿਓ। ਅੱਛਾ, ਉਦੋਂ ਬਾਅਦ ਰਾਮੂਵਾਲੀਆ ਸਾਹਿਬ ਮੈਂ ਗਿਣਤੀਆਂ ਚ ਨਾ ਪਵਾਂ, ਮੈਨੂੰ ਹੁਕਮ ਲਾ ਦਿਓ ਤੁਸੀਂ ਕਿ ਕਿੰਨੇ ਕੁ ਪਿੰਡ ਵਾਸਤੇ ਪੈਸੇ ਚਾਹੀਦੇ ਆ, ਉਹਦਾ ਵੀ ਚੈੱਕ ਭੇਜ ਦਿਆਂਗੇ। ਸੋ ਮੈਂ ਬਹੁਤਾ ਜ਼ਿਆਦਾ ਨਾ ਤੁਹਾਡਾ ਟਾਈਮ ਲੈਂਦਾ ਹੋਇਆ, ਆਹ ਜਿਹੜੇ ਵੀਰ ਚਾਦਰਿਆਂ ਵਾਲੇ ਨੇ, ਆਹ ਜਿਹੜੇ ਵੀਰ ਪੱਗ ਦੇ ਉੱਤੇ ਤੁਰਲਾ ਰੱਖੀ ਬੈਠੇ ਨੇ, ਮਿੱਤਰੋ ਇਹਨਾਂ ਨੂੰ ਵੀ ਜਿਉਂਦੇ ਜਾਗਦੇ ਰੱਖੋ, ਇਹਨਾਂ ਨੂੰ ਵੀ ਜਿਉਂਦੇ ਜਾਗਦੇ ਰੱਖੋ, ਜੇ ਆਪਾਂ ਆਪਣੀ ਸਭਿਅਤਾ ਨੂੰ ਹੋਰ ਅੱਗੇ ਵਧਾਉਣਾ। ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਬਾਪੂ ਕਰਨੈਲ ਸਿੰਘ ਤੋਂ ਗੱਲ ਹੋਰ ਵੀ ਸਿੱਖੋ, ਉਹਨਾਂ ਦਾ ਗੀਤ ਮਾਂ ਅਤੇ ਧੀ, ਪਿਓ ਅਤੇ ਪੁੱਤ, ਸਾਰਾ ਟੱਬਰ ਇਕੱਠਾ ਬੈਠ ਕੇ ਸੁਣ ਸਕਦਾ। ਉਹਨਾਂ ਨੇ ਲਚਰ ਵਾਲੇ ਪਾਸੇ ਨਹੀਂ ਗਏ, ਉਹ ਲਚਰ ਵਾਲੇ ਪਾਸੇ ਨਹੀਂ ਗਏ, ਸਾਰਾ ਪਿੰਡ ਸਾਰਾ ਟੱਬਰ ਇਕੱਠਾ ਬੈਠ ਕੇ ਸੁਣ ਸਕਦਾ ਸੀ। ਉਹਨਾਂ ਤੋਂ ਵੀ ਇਹ ਸਿੱਖਿਆ ਲੈਣ ਦੀ ਕੋਸ਼ਿਸ਼ ਕਰੋ। ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਸਿੱਧਵਾਂ ਸਾਹਿਬ ਜਿਹੜੇ ਰਾਮੂਵਾਲੇ ਸਾਹਿਬ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨਿਗਾਈ ਹੈ, ਅੱਜ ਬਾਪੂ ਜੀ ਦੀ ਯਾਦ ਵਿੱਚ ਇਹ ਵੀ ਸਪੈਸ਼ਲ ਤੌਰ 'ਤੇ ਇੱਥੇ ਪਹੁੰਚੇ ਨੇ, ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਮਾਸਟਰ ਹਰਚਰਨ ਸਿੰਘ ਜੀ ਵੀ ਸਪੈਸ਼ਲੀ ਆਏ ਨੇ, ਮੈਂ ਸਮਝਦਾ ਇਹਨਾਂ ਭਰਾਵਾਂ ਦੀ ਜੋੜੀ ਸਾਰਿਆਂ ਦੀ ਬਣੀ ਰਹੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਤ ਹੋਣਾ, ਮੈਂ ਚਾਹੂੰਗਾ ਹਰਚਰਨ ਸਿੰਘ ਜੀ ਸਨਮਾਨਿਤ ਕਰੀਏ, ਮਾਨਯੋਗ ਸਰਦਾਰ ਢਿੱਲੋਂ ਨੂੰ, ਸਾਰੇ ਪੰਚਾਇਤ ਵੱਲੋਂ, ਪਿੰਡ ਵੱਲੋਂ। ਚਮਕੌਰ ਸਿੰਘ ਸੇਖੋ ਉੱਪਰ ਆ ਜਾਓ ਬਾਈ, ਮੈਂ ਨਹੀਂ ਕਹਿਣਾ ਹਾਲੇ, ਉਹ ਖੁੱਲ੍ਹੀ ਕਹਿ ਗਏ ਹੈ। ਚੰਗਾ ਨਹੀਂ ਲੱਗਦਾ, ਮੈਂ ਘੱਟ ਕਹਿ ਜਿਹਾ ਤੁਸੀਂ ਮੇਰੇ ਗਲ ਪਵੋਗੇ। ਮੈਂ ਚੰਡੀਗੜ੍ਹ 'ਚ ਕੁਛ ਨਾ ਕਿਹਾ, ਚੰਡੀਗੜ੍ਹ ਜਾਵਾਂਗੇ, ਪਹਿਲਾਂ ਚਾਹ ਪੀਵਾਂਗੇ ਅਤੇ ਫਿਰ ਮੰਗਾਂਗੇ। ਤੁਸੀਂ ਇਹਨਾਂ ਨੇ ਜਾਣਾ। ਦੇਖੋ ਰਾਮੂਵਾਲੀਆ ਸਾਹਿਬ, ਮੇਰੀ ਇੱਕ ਬੇਨਤੀ ਆ, ਸਾਡਾ ਵੀਰ ਸਤਿੰਦਰ ਸਿੱਧਮਾ ਅਤੇ ਤੁਸੀਂ ਦੋਨੇ ਜਿਹੜੀਆਂ ਸਾਡੀਆਂ ਪੁਰਾਣੀਆਂ ਮਾਤਾਵਾਂ ਬੈਠੀਆਂ ਨੇ, ਸੁਣਦੀਆਂ ਤਾਂ ਰਹੀਆਂ ਨੇ ਪਰ ਅੱਖਾਂ ਨਾਲ ਦੇਖ ਲੈਣ ਕਿ ਕਿਵੇਂ ਗਾਉਂਦੇ ਆ, ਤੁਸੀਂ ਵੀ ਦੋ ਮਿੰਟ ਗਾ ਕੇ ਦਿਖਾ। ਇਹਨਾਂ ਨੇ ਜਾਣਾ, ਤੁਹਾਨੂੰ ਤੋਰ ਆਈਏ ਫਿਰ ਆ ਕੇ ਗਾਉਂਦੇ। ਅੱਛਾ ਆਓ ਫਿਰ ਆਓ, ਕਿਹੜਾ ਯਾਦ ਹੈ? ਸਭ ਤੋਂ ਪਹਿਲਾਂ ਜਿਹੜੇ ਸੱਜਣ ਖੜ੍ਹੇ ਆ ਉਹ ਬਹਿ ਜਾਓ, ਅਤੇ ਜਿਹੜੇ ਬੈਠੇ ਆ ਉਹ ਪਿਆਰ ਨਾਲ ਬੈਠੇ ਰਹੋ। ਬਾਪੂ ਜੀ ਕਰਨੈਲ ਸਿੰਘ ਜੀ ਪਾਰਸ ਰਾਮੂਵਾਲੀਆ ਸਾਹਿਬ ਨੂੰ ਮੱਥਾ ਟੇਕਣ ਤੁਸੀਂ ਅਤੇ ਅਸੀਂ ਸਾਰੇ ਆਏ ਹਾਂ। ਸਾਡੀ ਤੀਜੀ ਪੀੜ੍ਹੀ ਨਵਰੀਤ ਸਿੱਧੂ, ਉਹਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਆਵੇ। ਇਹਨੇ ਗੁੜਤੀ ਲਈ ਆ ਬਾਪੂ ਜੀ ਰਣਜੀਤ ਸਿੰਘ ਸਿੱਧਵਾਂ ਅਤੇ ਬਾਪੂ ਜੀ ਕਰਨੈਲ ਸਿੰਘ ਪਾਰਸ ਤੋਂ, ਅਤੇ ਚਾਰ ਕੁ ਲਾਈਨਾਂ ਤੁਹਾਡੇ ਨਾਲ ਅਸੀਂ ਰਲ ਮਿਲ ਕੇ ਲਾਵਾਂਗੇ। ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ,
ਇੱਕ ਜਾਵੇ, ਕੋਈ ਨਹੀਂ ਇਹਨੂੰ ਲਾ ਲੈਣ ਦਿਓ, ਦੋ ਮਿੰਟ ਆ ਬਈ ਆ ਬਈ। ਸਭ ਤੋਂ ਪਹਿਲਾਂ ਜੀ ਸਾਰੇ ਹੀ ਆਏ ਹੋਏ ਮਹਿਮਾਨਾਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ ਬੜੀ ਹੀ ਖੁਸ਼ੀ ਹੈ ਕਿ ਅੱਜ ਬਾਪੂ ਜੀ ਪਾਰਸ ਜੀ ਦੀ ਯਾਦ ਦੇ ਵਿੱਚ ਇੰਨਾ ਇਕੱਠ ਹੋਇਆ। ਸੋ ਬਾਪੂ ਜੀ ਪਾਰਸ ਜੀ ਦੇ ਲਈ ਪਲੀਜ਼ ਜ਼ੋਰਦਾਰ ਤਾੜੀਆਂ। ਅਤੇ ਬਹੁਤਾ ਟਾਈਮ ਨਾ ਲੈਂਦਾ ਹੋਇਆ ਕਵੀਸ਼ਰੀ ਜੋ ਗਲੀਆਂ ਗਲੀਆਂ ਦੇ ਵਿੱਚ ਗੂੰਜਦੀ ਸੀ, ਅਜੇ ਮੇਰੇ ਦਾਦਾ ਜੀ ਸਵਰਗਵਾਸੀ ਸ਼੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਆਪਣੀ ਬੁਲੰਦ ਆਵਾਜ਼ ਦੇ ਵਿੱਚ ਬਾਪੂ ਜੀ ਪਾਰਸ ਜੀ ਦੀਆਂ ਲਿਖੀਆਂ ਹੋਈਆਂ ਲਾਈਨਾਂ ਗਾਉਂਦੇ ਹੁੰਦੇ ਸੀ ਕਿ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਰਲ ਸੰਗ ਕਾਫਲੇ ਦੇ ਹੋ ਰਲ ਸੰਗ ਕਾਫਲੇ ਦੇ ਹੋ ਛੇਤੀ ਬਨ ਬਿਸਤਰਾ ਕਾਫਰ ਕਈ ਪਹਿਲੀ ਹੀ ਡਾਕ ਚੜੇ ਤੇ ਬਾਕੀ ਟਿਕਟਾਂ ਲੈਣ ਮੁਸਾਫਿਰ ਹੈ ਸਿਗਨਲ ਹੋਇਆ ਵਾ ਬਿਗਾੜ ਵਿਸਲਾ ਪਿਆਵ ਜਾਵੇ ਜਗ ਜੰਕਸ਼ਨ ਰੇਲਾ ਦਾ ਹੋ ਗੱਡੀ ਇੱਕ ਆਵੇ ਇੱਕ ਜਾਵੇ ਕਰ ਨੂੰ ਨੇ ਸਾਂਭ ਲਿਆ ਕਰ ਨੂੰ ਨੇ ਸਾਂਭ ਲਿਆ ਹੋ ਤੁਰ ਗਈ ਤੀ ਚਾੜ ਕੇ ਪੱਲੇ ਪੋਤੇ ਨੇ ਜਨਮ ਲਿਆ ਤੇ ਬਾਬਾ ਸਿਵਿਆਂ ਦੇ ਵੱਲ ਚੱਲੇ ਕਿਤੇ ਜ਼ੋਰ ਮੁਕਾਣਾ ਦਾ ਉਹ ਕਿਧਰੇ ਹਨਵਿਆਂ ਤੇ ਮੁੱਕ ਲਾਵੇ ਜਗ ਜੰਕਸ਼ਨ ਰੇਲਾ ਦਾ ਹੋ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਕਸ਼ਨ ਰੇਲਾ ਦਾ ਹੋ ਗੱਡੀ ਇੱਕ ਆਵੇ ਇੱਕ ਜਾਵੇ ਲੱਖ ਪੰਛੀ ਬਹਿ ਉੱਡ ਗਏ ਲੱਖ ਪੰਛੀ ਬਹਿ ਉੱਡ ਗਏ ਬੁੱਢੇ ਬੋਰਡ ਬ੍ਰਿਜ ਦੇ ਉੱਤੇ ਸਨ ਜੇ ਤੂੰ ਦੁਨੀਆ ਦੇ ਲੱਖ ਸਿਕੰਦਰ ਕਬਰੀ ਸੁੱਤੇ ਗਏ ਲੁੱਟ ਵਿਚਾਰੀ ਨੂੰ ਨਾਦਰ ਸ਼ਾਂ ਵਰਗੇ ਕਰ ਟਾਵੇ ਜਗ ਜੰਕਸ਼ਨ ਰੇਲਾ ਦਾ ਹੋ ਗੱਡੀ ਇੱਕ ਆਵੇ ਇੱਕ ਜਾਵੇ ਚੰਦ ਤੇਰਣ ਜੀਤ ਹੁਰਾਂ ਬਈ ਚੰਦ ਤੇਰਣ ਜੀਤ ਹੁਰਾਂ ਨਿਤ ਨਹੀਂ ਗਾਉਣੇ ਛੰਦ ਇਕੱਠਿਆਂ ਕਰਨੈਲ ਕਵੀਸ਼ਰੀ ਨੇ ਕਿਧਰੇ ਲੁੱਕ ਨਹੀਂ ਜਾਣਾ ਨੱਠਿਆਂ ਵਾਂਗੂ ਇਲ ਭੁੱਖੀ ਦੇ ਲੈਂਦੀ ਫਿਰਦੀ ਮੌਤ ਕੜਾਵੇ ਜਗ ਜੰਕਸ਼ਨ ਰੇਲਾ ਦਾ ਹੋ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਬਸ ਮੈਂ ਰਿਕਾਰਡ ਹੀ ਰੱਖ ਦਿੰਦਾ ਲਵ ਕਵੀਸ਼ਰੀ ਸੁਣਾ ਦਿਓ ਪਿੰਡ ਨੇ ਤਾਂ ਅੱਗੇ ਵੀ ਸੁਣੀ ਹੈ ਪਰ ਢਿੱਲੋਂ ਸਾਹਿਬ ਦਾ ਆਪਦਾ ਇਰਾਦਾ ਹੈ ਸੁਣਨ ਦਾ ਚਮਕੌਰ ਸਿੰਘ ਸੇਖੋਂ ਮੈਂ ਅਤੇ ਸਤਿੰਦਰ ਸਿੱਧਵਾਂ ਮਗਰ ਪੂਰਾ ਜੱਥਾ ਤਿੰਨਾਂ ਦਾ ਅੱਛਾ ਉਹ ਗੱਲ ਇਹ ਵੀ ਜੇ ਤੁਹਾਨੂੰ ਕਹੀਏ ਦਸਵੀਂ ਦਾ ਪੇਪਰ ਮੁੜ ਕੇ ਦੇ ਲੈ ਦੇ ਲਉਂਗੇ ਹੁਣ ਮੈਨੂੰ 40 ਸਾਲੀ ਮੈਨੂੰ ਕਹਿਤਾ ਛਾਂਡਲਾ ਵਜ਼ੀਰ ਸਾਹਿਬ ਦਾ ਜੇ ਵਜ਼ੀਰ ਸਾਹਿਬ ਦਾ ਕਹਿਣਾ ਨਾ ਮੰਨਿਆ ਫੜਾ ਦੇਣਗੇ ਲੈ ਬਈ ਪਿਆਰ ਹੈ ਮੇਰਾ ਢਿੱਲੋਂ ਸਾਹਿਬ ਦਾ ਲਾ ਬਈ ਗੁਰੂ ਗੋਬਿੰਦ ਸਿੰਘ ਇੱਕ ਚਿੱਠੀ ਲਿਖਦੇ ਔਰੰਗਜ਼ੇਬ ਨੂੰ ਵੀ ਤੂੰ ਕਹਿੰਦਾ ਵੀ ਮੈਂ ਖਾਲਸਾ ਪੰਥ ਖਤਮ ਕਰਤਾ ਤੇਰੇ ਪੁੱਤ ਖਤਮ ਕਰਤੇ ਪਰ ਯਾਦ ਰੱਖੀ ਇਹ ਖਾਲਸਾ ਪੰਥ ਕੁੰਡਲੀਆ ਸੱਪ ਹੈ ਇਹ ਮਰਨਾ ਹੀ ਨਹੀਂ ਤੇ ਜਦੋਂ ਕਚਹਿਰੀ ਜਾਵਾਂਗੇ ਔਰੰਗਜ਼ੇਬ ਲੇਖਾ ਹੋ ਤੂੰ ਹਾਰੇਗਾ ਮੈਂ ਜਿੱਤੂੰਗਾ ਮਹਾਰਾਜ ਕਹਿੰਦੇ ਲਾ ਅਜੇ ਸ਼ਹਿਨ ਸ਼ਾਹ ਔਰੰਗ ਗੱਲਾਂ ਕਰੇ ਈਮਾਨ ਦੀਆਂ ਕਿਲਾ ਛਡਾਇਆ ਮੈਥੋਂ ਕਸਮਾਂ ਕੱਤ ਕੁਰਾਨ ਦੀਆਂ ਤੋੜ ਸਗੰਧ ਖੁਦਾ ਦੀ ਦੱਸ ਤੁਹਾਥੋਂ ਕੀ ਸਰਿਆ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਅਜੇ ਸ਼ਹਿਨ ਸ਼ਾਹ ਔਰੰਗ ਗੱਲਾਂ
ਹੱਥੋਂ ਕਸਮਾਂ ਘੱਤ ਕੁਰਾਨ ਦੀਆਂ ਓ ਤੋੜ ਸਕੰਦ ਖੁਦਾ ਦੀ ਦੱਸ ਤੋ ਹੱਥੋਂ ਕੀ ਸਰਿਆ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਕੀ ਹੋ ਗਿਆ ਜੇ ਲੈ ਲਈ ਐ ਜਿੰਦ ਚਾਰ ਮਸੂਮਾਂ ਦੀ ਸਾੜ ਸੁੱਟੂ ਕਰ ਤੇਰਾ ਜ਼ਾਲਮ ਅਹਿਮਦ ਲੂਮਾਂ ਦੀ ਓ ਖਾਫ ਖੁਦਾ ਦੇ ਜ਼ਾਲਮ ਕੋਕੇ ਜ਼ਾਲਮ ਨਾ ਡਰਿਆ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਬੀਜ ਦਿੱਤੇ ਵਿੱਚ ਧਰਤੀ ਅਰਮਾ ਮਣ ਚੰਗਿਆਲੇ ਮੈਂ ਬੀਜ ਦਿੱਤੇ ਵਿੱਚ ਧਰਤੀ ਅਰਬਾਂ ਬਣ ਚੰਗਿਆਲੇ ਮੈਂ ਤੀਰ ਹਜ਼ਾਰਾਂ ਗਿਣਤੀ ਦੇ ਵਿੱਚ ਚਿੱਲੀ ਚਾੜੇ ਮੈਂ ਉਹਨਾਂ ਦਾ ਸਰਹੰਦ ਉੱਤੇ ਵਰਿਆ ਕੇ ਵਰਿਆ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਮੈਂ ਸ਼ੇਰਾਂ ਵਾਂਗੂ ਸਿਰਹੰਦ ਮੇਰੇ ਯੋਧੇ ਬੁੱਕਣਗੇ ਕਰੇ ਵਜ਼ੀਰ ਖਾਨ ਦੇ ਜਾਨੀ ਬਣ ਬਣ ਟੁੱਕਣਗੇ ਖੂਨ ਨਾ ਬਦਲਾ ਖੂਨ ਇਰਾਦਾ ਉਹਨਾਂ ਨੇ ਕਰਿਆ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਓ ਦੇਸ਼ ਮਾਲਵੇ ਅੰਦਰ ਦੇਸ਼ ਮਾਲਵੇ ਅੰਦਰ ਵਿਚਰਿਆ ਚੰਨ ਮਹੀਨੇ ਮੈਂ ਲਿਖੀ ਇੱਕ ਇੱਕ ਚਿੱਠੀ ਬਹਿ ਕੇ ਕਾਂਗੜ ਦੀਨੇ ਮੈਂ ਜੀਵਨ ਥੋਥੋਂ ਜਾਂਦਾ ਨਹੀਂ ਜਰਿਆ ਓਏ ਥੋਥੋਂ ਜਾਂਦਾ ਨਹੀਂ ਜਰਿਆ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਮੈਂ ਜੰਗਲ ਦੀ ਅੱਗ ਫੂਕਾਂ ਮਾਰ ਬੁਝਾਈ ਜਾਣੀ ਨਾ ਘਾਸ ਫੂਸ ਤੋਂ ਰੁਕਣਾ ਸਿੱਖੀ ਹੜਦਾ ਪਾਣੀ ਨਾ ਮੇਰੇ ਭਾਰੇ ਪੱਥਰ ਬਣ ਕੇ ਜਾਣਾ ਨਹੀਂ ਤਰਿਆ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਬਾਕੀ ਵਿੱਚ ਕਚਹਿਰੀ ਰੱਬ ਦੀ ਲੇਖਾ ਕਰ ਲਾਂਗੇ ਉੱਥੇ ਲੇਖਾ ਕਰ ਲਾਂਗੇ ਬਾਦ ਘਾਟ ਜੇ ਹੋਈ ਦੂਰ ਭੁਲੇਖਾ ਕਰ ਲਾਂਗੇ ਪਾਰਸ ਇੱਥੇ ਉੱਥੇ ਪਾਰਸ ਇੱਥੇ ਉੱਥੇ ਮੈਂ ਜਿੱਤਿਆ ਤੇ ਤੂੰ ਹਰਿਆ ਕੁੰਡਲੀਆ ਸਭ ਵੀਰ ਖਾਲਸਾ ਅਸੀਂ ਇਹ ਰਿਕਾਰਡ ਵੀ ਉਹ ਕਿਤਾਬ ਦੇ ਨਾਲ ਅਸੀਂ ਮੋੜ ਕੇ ਭਰਾਇਆ ਵਿਆ ਉਹ ਮਿਲਦੀ ਹੈ ਸੀ ਡੀ ਵੀ ਕਿਉਂ ਵੀ ਤੁਹਾਨੂੰ ਇਤਵਾਰ ਹੈ ਨਾ ਨਵੇਂ ਮੁੰਡਿਓ ਅਸੀਂ ਐਵੇਂ ਨਹੀਂ ਮਸ਼ਹੂਰ ਹੋਏ ਸੀ ਵਾਹ ਵਾਹ ਦਾਣੇ ਸੀ ਸਾਡੇ 'ਚ ਅਤੇ ਅੱਜ ਢਿੱਲੋਂ ਸਾਹਿਬ ਵਧੀਆ ਵਜ਼ੀਰ ਹੈ ਛੰਦ ਲਵਾ ਤਾ ਅੱਜ ਤਾਈਂ ਮੈਂ ਛੰਦ ਛੁੰਦ ਨਹੀਂ ਲਾਏ ਮੈਂ ਤੁਹਾਡੇ ਵਾਲੇ ਕੰਮ 'ਚ ਆ ਗਿਆ ਛੰਦ ਕਿੱਥੇ ਲਾਉਣੇ ਸੀ ਚੰਗਾ ਜੀ ਬਹੁਤ ਬਹੁਤ ਧੰਨਵਾਦ ਮੈਂ ਵਜ਼ੀਰ ਸਾਹਿਬ ਨੂੰ ਛੱਡਿਆ ਵਾਂ ਹਾਂਜੀ ਇਹ ਇਹਨਾਂ ਦਾ ਹੁਣ ਇੱਕ ਕਲੀ ਜਿਹੜੀ ਇਹ ਗਾ ਕੇ ਉਸ ਤੋਂ ਬਾਅਦ ਦੇਸ ਰਾਜ ਲਚਕਾਨੀ ਉਹ ਵੀ ਪੁਰਾਣਾ ਟਾਡੀ ਔਰ ਉਸ ਤੋਂ ਬਾਅਦ ਹਰਜੀਤ ਹਰਮਨ ਉਹ ਪਹੁੰਚ ਗਏ ਨੇ ਔਰ ਗੁਰਪ੍ਰੀਤ ਘੁੱਗੀ ਜਿਹੜੇ ਹਸਾਉਣਗੇ ਤੁਹਾਨੂੰ ਔਰ ਉਸ ਤੋਂ ਬਾਅਦ ਨਛੱਤਰ ਗਿੱਲ ਜੀ ਅਤੇ ਪ੍ਰਿੰਸ ਸੁਖਦੇਵ ਗਿੱਲ ਅਮਰਦੀਪ ਹਾਂਜੀ ਅਤੇ ਹਰਭਜਨ ਮਾਨ ਜੀ ਜਿਹੜੇ ਕਿ ਮਤਲਬ ਹੁਣ ਕਹਿੰਦੇ ਸੀ ਵੀ ਬਹਿ ਕੇ ਮੇਲਾ ਦੇਖਾਂਗੇ ਕਿਉਂਕਿ ਆਪਾਂ ਜਿਹੜਾ ਘਰ ਦੇ ਮੇਲੇ 'ਚ ਜਿਹੜਾ ਗਾਉਣਾ ਔਖਾ ਹੁੰਦਾ ਔਰ ਅੱਜ ਮਸਰੂਫ ਵੀ ਬਹੁਤ ਸੀਗੇ ਅਤੇ ਉਹ ਵੀ ਫੋਨ ਆਇਆ ਉਹ ਵੀ ਜਲਦੀ ਪਹੁੰਚ ਰਹੇ ਆ ਸੋ ਸਾਰੇ ਤੁਸੀਂ ਬਹਿ ਕੇ ਦੇਖੋ ਔਰ ਹੁਣ ਨਾਜਰ ਬੰਧੇਰ ਨੂੰ ਸੁਣੋ ਇੱਕ ਕਲੀ ਇਹਨਾਂ ਦੀ ਉਸ ਤੋਂ ਬਾਅਦ ਦੇਸ ਰਾਜ ਲਚਕਾਨੀ ਜਿਹਨਾਂ ਦਾ ਬਹੁਤ ਨਾਮ ਹੈ ਜਿਵੇਂ ਗੁਰਮੇਲ ਬੰਧੇਰ ਜੀ ਇਹਨਾਂ ਦੇ ਡੈਡੀ ਗਾ ਕੇ ਗਏ ਆ ਉਹੋ ਜਿਹਾ ਰੰਗ ਤੁਹਾਨੂੰ ਦੁਬਾਰਾ ਫਿਰ ਦੇਸ ਰਾਜ ਲਚਕਾਨੀ ਜੀ ਸੁਣਾਉਣਗੇ ਹੁਣ ਨਾਜਰ ਬੰਧੇਰ ਜ਼ੋਰਦਾਰ ਤਾੜੀਆਂ ਨਾਜਰ ਬੰਧੇਰ ਲਈ ਹੈਲੋ ਹੈਲੋ ਲਓ ਗੁਰੂ ਦੀ ਪਿਆਰੀ ਸ਼ਾਹ ਸੰਗ ਜੀ
ਤੇ ਸਾਡੇ ਰਾਮੂਵਾਲ ਸਾਹਿਬ ਨੇ ਬਹੁਤ ਵਧੀਆ ਕਵਿਸ਼ਰੀ ਕਰਕੇ ਤੇ ਸੰਗਤਾਂ ਦੇ ਰੂਬਰੂ ਹੋਏ। ਸੰਗਤਾਂ ਦਾ ਸਾਡੇ ਮਨਿਸਟਰ ਸਾਹਿਬ ਦਾ ਕਹਿਣਾ ਨਹੀਂ ਉੜ ਸਕੇ ਸੀ। ਲਓ ਇੱਕ ਕਲੀ ਮੈਂ ਊਧਮ ਦੀ ਕਹਾਂ, ਲੈ ਗੁਰਸੰਗ ਦੀ ਕੌਣ ਵੱਖਦੀ ਗੱਲ। ਜਦੋਂ ਕਸ਼ਟਨ ਹਾਲ ਦੇ ਅੰਦਰ ਬੈਠਾ ਸਰਦਾਰ ਊਧਮ ਸਿੰਘ, ਜ਼ਿਆਦੇ ਨਾ ਕਰਾਂ, ਐ ਬੈਠਾ 14 ਨੰਬਰ ਸ਼ੀਟ 'ਤੇ, ਕੌਣ? ਸਾਡੇ ਹਿੰਦੁਸਤਾਨ ਦਾ ਕਾਤਿਲ ਸਨ ਮੈਂ ਕਰੜਵੈਰ ਗੁਰਸੰਗ ਦੀ। ਉਹ ਅੰਗਰੇਜ਼ਾਂ ਨੇ ਇੱਕ ਪੈਬੰਦੀ ਲਾਤੀ, ਕਹਿੰਦੇ ਕਸ਼ਟਨ ਹਾਲ ਦੇ ਅੰਦਰ ਪਿੰਡ ਵੀ ਨਹੀਂ ਜਾ ਸਕਦਾ। ਆਹਾ, ਇੱਕ ਬੰਦਾ ਸੈਕਟਰੀ ਬਣ ਕੇ ਗੁਰਸੰਗ ਦੀ ਇੱਕ ਕਾਗਜ਼ 'ਤੇ ਪਿੰਨ ਚੱਕੀ ਫਿਰਦਾ। ਸਰਦਾਰ ਊਧਮ ਸਿੰਘ ਨੇ ਕਿਹਾ, ਭਾਈ ਇੱਥੇ ਪੈਬੰਦੀ ਲੱਗੀ ਆ ਦੁਆਰਾ ਪਰਚਿਆਂ 'ਤੇ, ਪਰ ਇੱਥੇ ਤੂੰ ਕਹਿੰਦਾ ਜੀ ਮੈਂ ਸੈਕਟਰੀ ਹਾਂ, ਜਿਹਨੂੰ ਮੈਂ ਲੌਸ ਕਰੂੰ ਉਹੀ ਤਕਰੀਰ ਕਰੂੰਗਾ। ਪਰ ਦੋ ਅੰਗਰੇਜ਼ਾਂ ਦੇ ਨਾਂ ਲਿੱਤੇ, ਸਰਦਾਰ ਨਹੀਂ ਜਾਣਦਾ ਸੀ। ਜਦ ਤੀਜੇ ਬੰਦੇ ਦਾ ਨਾਂ ਲਿੱਤਾ, ਕਹਿੰਦਾ ਵੀਰ ਫਿਰ ਮੇਰਾ ਵੀ ਨਾਂ ਲਿਖ ਦੇ, ਮੈਂ ਵੀ ਤਕਰੀਰ ਕਰੂੰ। ਲੈ ਗੁਰਸੰਗਤੀ, ਸਾਡੇ ਪੰਜਾਬ ਦਾ ਕਾਤਲ, ਸਾਡੇ ਪੰਜਾਬ ਦਾ ਬੇਈਮਾਨ, ਦੱਸ ਦੋ ਅੰਗਰੇਜ਼ਾਂ ਨੇ ਆਹ ਤਕਰੀਰ ਕਰੀ, ਹੋਰ ਮੁਲਕ ਨੂੰ ਯਾਦ ਕਰੋ ਨਾ ਕਰੋ, ਪਰ ਹਿੰਦੁਸਤਾਨ ਨੂੰ ਯਾਦ ਕਰ ਦਿਓ। ਆਹਾ, ਸਾਡੇ ਪੰਜਾਬ ਦਾ ਕਾਤਲ, ਸਾਡੇ ਪੰਜਾਬ ਦਾ ਬੇਈਮਾਨ ਬਿਨਾਂ ਬੁਲਾਈ ਸਟੇ 'ਤੇ ਆ ਗਿਆ, ਕਹਿੰਦਾ ਹਿੰਦੁਸਤਾਨ ਨੂੰ ਰਹਿੰਦੀ ਦੁਨੀਆਂ ਤੱਕ ਗੁਲਾਮ ਰੱਖੂੰ, ਸੰਗਲ ਕਸੂੰ, ਗੁਲਾਮੀ ਵਾਲੇ ਖਿੱਚੂ ਹੋਰ ਜੰਜੀਰਾਂ ਜੀ। ਇੰਡੀਅਨ ਹਾਲ ਦੇ ਅੰਦਰ ਗੋਰੇ ਕਰਦੇ ਸੀ ਤਕਰੀਰਾਂ ਜੀ। ਜੱਲਿਆ ਵਾਲਾ ਬਾਗ ਪੰਜਾਬੀ ਨਹੀਂ ਹਜੇ ਤੱਕ ਭੁੱਲੇ, ਉਹ ਕਿਉਂ ਕੁੱਤਿਆਂ ਨੇ ਮਾਸ ਨਹੀਂ ਖਾਧਾ, ਗਲੀ ਗਲੀ ਵਿੱਚ ਰੁੱਲੇ, ਕਿਚਲੂ ਸੱਤਿਆ ਪਾਲ ਵਗੈਰਾ ਖੱਡ ਗਏ ਬੈਦ ਲਕੀਰਾਂ ਜੀ। ਇੰਡੀਅਨ ਹਾਲ ਦੇ ਅੰਦਰ ਗੋਰੇ ਕਰਦੇ ਸੀ ਤਕਰੀਰਾਂ ਜੀ। ਰਾਜਗੁਰੂ ਸੁਖਦੇਵ ਭਗਤ ਸਿੰਘ ਤਿੰਨਾਂ ਲਾਤੇ ਫਾਹੀ, ਖੂਨ ਦਾ ਬਦਲਾ ਖੂਨ ਦੱਸ ਗਈ ਗਾਂਧੀ ਦੀ ਅਗਵਾਹੀ, ਚੱਕ ਕਿਤਾਬਾਂ ਛੱਡ ਵਕਾਲਤ ਤੁਰ ਗਏ ਵਾਂਗ ਫਕੀਰਾਂ ਜੀ। ਇੰਡੀਅਨ ਹਾਲ ਦੇ ਅੰਦਰ ਗੋਰੇ ਕਰਦੇ ਸੀ ਤਕਰੀਰਾਂ ਜੀ। ਜਦ ਆਹ ਗੱਲਾਂ ਕਹੀਆਂ ਗੁਰਸੰਗ ਦੀ, ਸਾਡੇ ਪੰਜਾਬ ਦਾ ਯੋਧਾ, ਸਾਡੇ ਪੰਜਾਬ ਦੀ ਅਣਖ, ਸਾਡੇ ਪੰਜਾਬ ਦੀ ਆਵਾਜ਼, ਬਸ 1 ਲੱਖ ਤੇ ਖੜਾ ਹੋ ਗਿਆ। ਕਹਿੰਦਾ ਵੈਰੀਆ ਤੇਰਾ ਕੀ ਗਿਆ, ਸਾਡੀਆਂ ਭੈਣਾਂ ਹੋ ਗਈਆਂ ਵਿਧਵਾ, ਸਾਡੇ ਬੱਚੇ ਪਾ ਗਏ ਸ਼ਹੀਦੀ, ਬਸ ਉਹ ਭੈਣ ਵੀ ਯਾਦ ਆ ਗਈ ਜਿਹੜੀ ਬਾਬੇ ਟਲ ਦੀ ਜਗ੍ਹਾ ਤੇ ਬੈਠੀ ਸਹਾਗ ਦੀਆਂ ਚੂੜੀਆਂ ਪੰਨਦੀ ਸੀ। ਆਹਾ, ਉਹ ਭੈਣ ਯਾਦ ਆਈ ਜਿਹਨੇ ਸੱਜਰਾ ਦੁਪੱਟਾ ਲਿੱਤਾ ਸੀ, ਹੱਥਾਂ ਤੋਂ ਮਹਿੰਦੀ ਲਈ ਨਹੀਂ ਸੀ ਸਗਨਾਂ ਦੀ। ਬਸ ਗੁਰਸੰਗ ਜੀ, ਬਸ ਮੂਰੀ ਆਖੜਿਆ, ਉਹ ਜਲਿਆ ਵਾਲਾ ਬਾਗ, ਉਹ ਲਾਸਾਂ ਦਾ ਭਰਿਆ ਖੂਨ, ਉਹ ਇੱਕ ਖੂਹ ਜਦ ਯਾਦ ਆਇਆ, ਕਹਿੰਦਾ ਵੈਰੀਆ ਤੂੰ ਹਿੰਦੁਸਤਾਨ ਦੀਆਂ ਅੜੀਕਾਂ ਕਰਦਾ, ਤੇਰੀ ਤਾਂ ਮੌਤ ਹੀ ਆ ਗਈ, ਇੱਕ ਪੱਟ ਕੇ ਬਟਣ ਮਲਿਆ ਕੇ ਸਿਸਤ, ਬਸ ਲਾ ਕੇ ਜਕਾਰਾ, ਜਲਿਆ ਵਾਲੇ ਬਾਗ ਦੀ ਬਿੜੀ ਕਿਵੇਂ ਲਾਹੀ, ਨਜ਼ਰ ਰਮਾ ਹੈ ਲਾਹੀ ਬਾਈ।
ਸਿੰਘ ਸਾਹਿਬ ਬੈਠੇ ਨੇ ਜਿਹੜੇ ਬਹੁਤ ਬੁਲੰਦੀਆਂ ਛੂਹਦੇ ਸੀ ਮੈਂ ਅੱਜ ਦਰਸ਼ਨ ਕਰੇ ਨੇ ਲੈ ਤੱਕੋ ਬਾਹਰ ਕੀ ਕਹਿੰਦੀ ਹੈ ਨਗਰ ਪੰਚਾਇਤ ਵੱਲੋਂ 7000 ਰੁਪਈਆ ਇਹਨਾਂ ਨੂੰ ਭੇਟ ਕਰਦਾ ਸਰੰਗੀ ਜਿੱਡਾ ਆਪ ਆ ਦੇਖੋ ਸਰੰਗੀ ਕਿੰਨੀ ਵਧੀਆ ਵਜਾਉਂਦਾ ਮੇਰੇ ਵੱਲੋਂ 100 ਰੁਪਏ ਸ਼ਮਿੰਦਰ ਸਿੰਘ ਧਾਰੀਵਾਲ ਯੂਕੇ ਤੋਂ ਔਰ ਇੰਦਰਜੀਤ ਸਿੰਘ ਜੀ ਢਾਡੀ ਇਹ ਵੀ ਇਹ ਬੇਟੇ ਲਈ ਸਰੰਗੀ ਵਾਲੇ ਲਈ ਉਹਦੇ ਲਈ ਇਹ 300 ਰੁਪਈਆ ਪਾਲਮਾਨ ਕੋਠੇ ਗੁਰੂ ਤੋਂ ਆਹ 500 ਦਾ ਨੋਟ ਸੀ ਇਹ ਆਹ 100 ਜੀ ਦਾ ਸੀ ਆਹ ਮੈਨੂੰ 100 ਕੌਣ ਫੜਾ ਗਿਆ ਪੇਦਨੀ ਸਾਹਿਬ ਦਾ 100 ਰੁਪਈਆ ਤੇ ਥੋੜ੍ਹਾ ਜੋਗਿੰਦਰ ਸਿੰਘ ਰਾਊਕੇ ਰਾਊਕੇ ਵਾਲੇ ਜੋਗਿੰਦਰ ਸਿੰਘ ਕਹਿ ਰਹੇ ਹੋ ਇਹਦਾ ਰਜਿੰਦਰ ਮੂਮ ਸਾਡੇ ਲੀਡਰ ਹੈ ਲੋਕ ਭਲਾਈ ਪਾਉਣ ਅਕਾਲੀ ਦਲ 'ਚ ਹੈ ਇਹ ਵੀ ਤੁਹਾਡਾ ਇਹਦਾ ਆਹ 500 ਲਓ ਮੈਨੂੰ 200 ਦਿਓ ਪਾਲ ਸਿੰਘ ਕੋਠਾ ਗੁਰੂ ਤੁਹਾਡਾ 500 ਦਾ ਨੋਟ ਸੀ ਆ ਚੱਕੋ 400 ਅਤੇ ਆਹ ਬੀਬੀ ਬੀਬੀ ਦਾ ਨਾਂ ਹੈਗਾ ਇੱਕ ਤਾਂ ਚਾਚੀ ਜੀ ਦੇ ਕੇ 100 ਰੁਪਈਆ ਕਿ ਹਰਮੇਲ ਕੌਰ ਮੇਰੇ ਖਿਆਲ ਸਰਪੰਚ ਕਹਿੰਦਾ
ਦੱਸਾਂ ਦੀ ਬੁਲਾਉਂਦਾ ਜਕਾਰੇ ਬਸ ਭੱਜ ਕੇ ਸਟੇਜ ਤੇ ਜਾ ਚੜਿਆ ਕੀ ਕਰਿਆ ਮੰਦਰ ਸਾਹਿਬ ਦੀ ਸਾਹ ਚੱਕੀ ਸੀ ਜਦ ਤੈਨੂੰ ਮਾਰੂੰਗਾ ਪਰ ਬਾਗ ਚੇਤੇ ਕਰਾਉਂਗਾ ਪਰ ਕਿਤੇ ਐਵੇਂ ਨਾ ਮਰ ਜੀ ਮੇਰੀ ਗੱਲ ਸੁਣ ਕੇ ਜਾਈ ਕੀ ਕਿਹਾ ਸਰਦਾਰ ਨੂੰ ਗੈਲ ਦੀ ਜੱਫੀ ਪਾਉਣ ਲੱਗੀ ਜਦ ਖੜਕਾ ਸੁਣਿਆ ਸਟੇਜ ਤੇ ਬਸ ਸਰਦਾਰ ਨੇ ਪੈਂਚਰਾ ਕਵਾਇਆ ਕਹਿੰਦਾ ਲੇਡੀ ਇਹ ਹਲੇ ਤਿੰਨ ਚਲੀਆਂ ਨੇ ਸੇ ਬਾਕੀ ਨੇ ਪੈਰ ਪਿੱਛੇ ਕਰ ਮੈਂ ਗਦਾਰ ਨੀ ਮੈਂ ਕਹਿਰ ਨੀ ਮੈਂ ਭੱਜਣ ਵਾਲਾ ਨੀ ਗਲ ਤੇ ਗੋਡਾ ਰੱਖਿਆ ਪੈਂਚਰਾ ਘੁਮਾ ਕੇ ਕੀ ਕਹਿੰਦਾ ਬੀਬੀ ਜੀ ਹੋਰਾਂ ਵੱਲੋਂ ਪਰਿਵਾਰ ਵੱਲੋਂ ਨਾਂ ਤਾਂ ਦੱਸ ਦਿਓ
ਨਾਂ ਦੱਸਣ ਲੱਗੇ ਸੰਗਦੇ ਆ ਸ਼ਾਬਾਸ਼ ਵੱਡੀ ਦੇਤੀ ਆ ਚੱਕ ਵੀ ਆਪਦਾ ਅੱਛਾ ਹਾਂਜੀ ਜਸਵੰਤ ਕੌਰ ਬੀਬੀ ਜਸਵੰਤ ਕੌਰ ਜੀ ਇਹ ਸੌ ਕੀ ਦਾ ਸੀਗਾ ਅੱਛਾ ਇਹ ਚਾਚੀ ਕਿਹਦਾ ਚਾਚੀ ਦਾ ਹੈਂ ਚਾਚੇ ਬਾਬੂ ਸੋ ਦੇ ਘਰੋਂ ਮੈਂ ਪੂਰਾ ਨਾਂ ਲੈਣਾ ਨਾ ਤੁਸੀਂ ਛਿੰਦੋ ਕਹਿਣਾ ਚਲੋ ਇੰਨੇ ਜੀ ਸਾਰ ਲਓ ਆਹ ਚਾਚੀ ਛਿੰਦੋ ਵਾਲੀ ਹੋ ਆ ਕਿਹਦੇ ਵੱਲੋਂ ਸੌ ਪੰਜ 400 ਮੋੜਨਾ ਕਿਹਦਾ ਬਾਈ ਅੱਛਾ ਆਹ 400 ਦੇ ਦਿਓ 500 ਲੈ ਹਾਂਜੀ 70 ਸਾਲ ਦੀ ਉਮਰ ਹੈ ਜੀ ਇਹਨਾਂ ਦੀ ਦੇਸ਼ ਰਾਜ ਲਚਕਾਨੀ ਹੋਣਾ ਦੀ ਔਰ ਉਹਨਾਂ ਦਾ ਜੱਥਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਪਹਿਲਾਂ ਰਾਮੂਵਾਲਾ ਸਾਹਿਬ ਉਹਨਾਂ ਨੂੰ ਹਰ ਢਾਡੀ ਨੂੰ ਜਾਂ ਗਵੱਈਏ ਨੂੰ ਉਹ ਇਕੱਲੇ ਢਾਡੀ ਨਹੀਂ ਇਹ ਤਾਂ ਜਿਹੜੇ ਪੁਰਾਣੇ ਸਰੰਗੀ ਵਾਲੇ ਗਵੱਈਏ ਵੱਜਦੇ ਸੀ ਇਹ ਮੈਂ ਇਹਨਾਂ ਨੂੰ ਸਟੇਜ 'ਤੇ ਚੜ੍ਹਨ ਦਾ 500 ਰੁਪਇਆ ਸਨਮਾਨ ਕਰਦਾ ਇਹਨਾਂ ਦੇ ਚਰਨ ਪਾਏ ਆਪਣੇ ਪਿੰਡ ਇਹ 100 ਰੁਪਇਆ ਕੋਈ ਹੋਰ ਸੱਜਣ ਦੇ ਗਏ ਆ ਉਹ ਵੀ ਇਹਨਾਂ ਨੂੰ ਅਤੇ ਮੈਂ ਕਿੱਥੇ ਬੂਟੇ ਹੋ ਰਹੇ ਹਰ ਚਰਨ ਆਇਓ ਉੱਤੇ ਬਸ ਹੁਣ ਇਹਨਾਂ ਨੇ ਗਾਉਣਾ ਫਿਰ ਹਰਜੀਤ ਹਰਮਨ ਮੇਰਾ ਖਿਆਲ ਹੈ ਬੱਧਣੀ ਤੋਂ ਅੱਗੇ ਆ ਗਿਆ ਅਤੇ ਉਹ ਨਾਭਿਓਂ ਆ ਰਿਹਾ ਆ ਗਿਆ ਸ਼ਾਇਦ ਆ ਗਿਆ ਅਤੇ 15-20 ਮਿੰਟ 'ਚ ਆ ਜੂਗਾ ਮੈਂ ਲਚਕਾਨੀ ਸਾਹਿਬ ਨੂੰ ਬਹੁਤ ਜੀ ਆਇਆ ਕਹਿੰਦਾ ਪਹਿਲੇ ਢਾਡੀਆਂ ਸਰੰਗੀਆਂ ਆ ਲਓ ਆਹ 7000 ਰੁਪਈਆ ਅਸੀਂ ਤੁਹਾਨੂੰ ਆਪਦੇ ਵੱਲੋਂ ਤੁੱਛ ਭੇਟਾ ਹਾਂਜੀ ਹਾਂਜੀ ਅਤੇ ਆ ਲਵਾਓ ਜੀ ਹਾਂਜੀ ਇਹ ਹੈਲੋ ਚਮਕੌਰ ਸਿੰਘ ਸੇਖੋਂ ਭੋਤ ਨੇ ਮੈਨੂੰ ਹੁਣ ਇਹ ਪਤਾ ਲੱਗ ਗਿਆ ਬਈ ਇਹ ਜਦੋਂ ਜਿਹੜੇ ਹਟ ਗਏ ਆ ਗਾਉਣ ਤੋਂ ਨਾ ਸਾਰੇ ਹੀ ਰਾਮੂਵਾਲਾ ਵਾਲਾ ਜੱਥਾ ਇਹ ਜਦੋਂ ਵਜ਼ੀਰ ਹੋਵੇ ਚਾਹੇ ਕੋਈ ਹੋਵੇ ਜਦੋਂ ਢਿੱਲੋਂ ਕਹਿੰਦੇ ਉਦੋਂ ਇਹ ਗਾਉਂਦੇ ਆ ਇਹ ਹੁਣ ਇਹ ਢਿੱਲੋਂ ਕਹਿੰਦਾ ਵੀ ਇਹਨਾਂ ਤੋਂ ਵੀ ਸਰੰਗੀ ਸੁਣਨੀ ਆ ਅਤੇ ਉਹਦੇ ਨਾਲ ਆਪਾਂ ਬਾਅਦ ਦੇ ਵਿੱਚ ਕਿਉਂਕਿ ਹਰਜੀਤ ਹਰਮਨ ਤੋਂ ਬਾਅਦ ਵਿੱਚ ਇਹ ਲੱਗਣਗੇ ਹਾਂਜੀ ਬੇਨਤੀ ਆ ਵੀ ਲਚਕਾਣੀ ਸਾਹਿਬ ਤੋਂ ਬਾਅਦ ਜਦੋਂ ਵੀ ਢਿੱਲੋਂ ਸਾਹਿਬ ਕਹਿਣਗੇ ਅਸੀਂ ਤੁਹਾਨੂੰ ਜ਼ਰੂਰ 1-2 ਕਲੀਆਂ ਮਿਰਜ਼ਾ ਹੀਰ ਅਤੇ ਸੱਸੀ ਪੁੰਨੂ ਜਿਹੜਾ ਵੀ ਕਹੋਗੇ ਉਹੀ ਸੁਣਾ ਦਿਆਂਗੇ ਹਾਂਜੀ ਅਤੇ ਹੁਣ ਇੱਕ ਐਸੇ ਇਹਨਾਂ ਦੇ ਚਰਨਾਂ 'ਚ ਮੈਂ ਬੇਨਤੀ ਕੀਤੀ ਸੀ ਹਾਂ ਇਹਨਾਂ ਦਾ ਵਿਆਹ ਦਾ ਪ੍ਰੋਗਰਾਮ ਸੀ ਜੀ ਪਹਿਲਾਂ ਤੋਂ ਬੁੱਕ ਹੋਇਆ ਜਦੋਂ ਉਹ ਬੱਚਾ 2 ਸਾਲ ਦਾ ਸੀ ਅਤੇ ਇਹਨਾਂ ਨੇ ਕਿਹਾ ਸੀਗਾ ਵੀ ਉਹ ਜਿਹੜੇ ਪਰਿਵਾਰ ਜਿਹਨਾਂ ਨੇ ਸੱਦਿਆ ਸੀ ਵੀ ਜਦੋਂ ਬੱਚੇ ਦੀ ਅਸੀਂ ਵਿਆਹ ਕਰਾਂਗੇ ਇਹਦੀ ਮੰਗਣੀ 'ਤੇ ਤੁਹਾਨੂੰ ਅਸੀਂ ਬੁਲਾਵਾਂਗੇ ਇਹਨਾਂ ਨੇ ਹੁਣ ਉੱਥੇ ਜਾਣਾ ਇੱਦੋਂ ਬਾਅਦ 'ਚ ਉਹਨਾਂ ਨਾਲ ਮੈਂ ਇਹ ਮੰਨਦੇ ਨਹੀਂ ਸੀ ਜੀ ਰਾਮੂਵਾਲਾ ਸਾਹਿਬ ਉਹ ਵਿਆਹ ਵਾਲਿਆਂ ਦੇ ਘਰ ਮੈਂ ਫੋਨ ਕਰਕੇ ਉਹਨਾਂ ਤੋਂ ਮੰਗਿਆ ਮੈਂ ਕਿਹਾ ਜੀ ਤੁਸੀਂ ਥੋੜ੍ਹਾ ਜਿਹਾ ਲੇਟ ਕਰ ਲਓ ਟਾਈਮ ਸਾਨੂੰ ਇਹ ਪਹਿਲਾਂ ਭੇਜ ਦਿਓ ਅਤੇ 500 ਰੁਪਈਆ ਸ਼ਰਨ ਵੱਲੋਂ ਸ਼ਰਨਜੀਤ ਵੱਲੋਂ ਜਿਹੜੇ ਕਿ ਸਾਡੇ ਮੰਡੀ ਨਵਦੀਪ ਮੰਡੀ ਦੀ ਮੰਗੇਤਰ ਹੈ ਕੈਨੇਡਾ ਤੋਂ ਉਹਨਾਂ ਵੱਲੋਂ 500 ਰੁਪਈਆ ਆਇਆ ਔਰ ਮੈਨੂੰ ਫੋਨ ਆਇਆ ਕਹਿੰਦੇ ਹਾਂਜੀ ਉਹ ਮੈਂ ਦੇਣ ਲੱਗਾ ਜੀ ਇੱਥੇ ਹੁਣੇ ਆ ਦੇਖਿਆ ਹਿਸਾਬ ਕਿਤਾਬ ਦੇ ਬੜੇ ਪੱਕੇ ਆ ਆਹ ਲਓ ਜੀ ਆਹ ਲਓ ਉਹ ਭੈਣ ਹੈ ਮੇਰੀ ਉਹਦੇ ਵੱਲੋਂ ਆਇਆ ਉਹਨੇ ਮੈਨੂੰ ਫੋਨ ਕੀਤਾ ਕਿ ਅੰਕਲ ਜੀ ਨੂੰ ਵੀ ਰਾਮੂਵਾਲਾ ਸਾਹਿਬ ਨੂੰ ਵੀ ਮੇਰੇ ਵੱਲੋਂ ਵਧਾਈਆਂ ਦਿਓ ਔਰ ਨਵਦੀਪ ਨੂੰ ਵੀ ਔਰ ਤੁਹਾਨੂੰ ਸਾਰੀ ਸੰਗਤ ਨੂੰ ਇੱਕ ਵਾਰ ਜ਼ੋਰਦਾਰ ਤਾੜੀਆਂ ਦੇਸ਼ ਰਾਜ ਲਚਕਾਨੀ ਦੇ ਲਈ ਸਹਿਬ
ਤੁਹਾਡੇ ਅੱਗੇ ਅਰਦਾਸ ਹਵਾਰੀ ਸਭ ਤੇਰਾ ਇਹਦੀ ਸੁਣੀ ਆਵਾਜ਼ ਘੱਟ ਕਰ ਦੇ ਤੁਸੀਂ ਅੱਗੇ ਅਰਦਾਸ ਹਵਾਰੀ ਜੀ ਉਹ ਪਿੰਡ ਸਭ ਤੇਰਾ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਖੇੜੇ ਖੇੜੇ ਵਸਾਏ ਰੱਬ ਦੇ ਵਸਦੇ ਪਰਮ ਸਤਿਕਾਰਯੋਗ ਅੱਜ ਦੇ ਇਸ ਮੇਲੇ ਵਿੱਚ ਆਈਆਂ ਸੰਗਤਾਂ ਜਿਵੇਂ ਕਿ ਉਸਤਾਦ ਸਰਦਾਰ ਕਰਨੈਲ ਸਿੰਘ ਜੀ ਪਾਰਸ ਸਾਹਿਬ ਜਿਵੇਂ ਇਨਸਾਨ ਇਹ ਦੁਨੀਆਂ 'ਤੇ ਆਉਂਦਾ ਹੈ ਦੁਨੀਆਂ 'ਤੇ ਆ ਕੇ ਚੰਗੇ ਕੰਮ ਕਰਨ ਦਾ ਹਰੇਕ ਦਾ ਹੀ ਹੌਸਲਾ ਬਣਦਾ ਪਰ ਬਿਨਾਂ ਕਰਮਾਂ 'ਤੇ ਨਹੀਂ ਹੁੰਦੇ ਜਿਨ੍ਹਾਂ ਬੰਦਿਆਂ ਦੀਆਂ ਨਿੱਤ ਬਦਨਾਮੀਆਂ ਨੇ ਹੈ ਜੀਂਦੇ ਤਾਂ ਵੀ ਮਰੇ ਜਾਣੋ ਜਿਹੜੇ ਪੁਰਸ਼ਾਂ ਦੀਆਂ ਨਿੱਤ ਬਦਨਾਮੀਆਂ ਨੇ ਹੈ ਜੀਂਦੇ ਤਾਂ ਵੀ ਮਰੇ ਜਾਣੋ ਕਾਰਨ ਧਰਮ ਦੀ ਜਿਹੜੇ ਸ਼ਹੀਦ ਹੋ ਗਏ ਸਦਾ ਜੀਵਦੇ ਉਹਨਾਂ ਨੂੰ ਨਾ ਮਰੇ ਜਾਣੋ ਜਿਹੜੇ ਹੱਕ ਪਰਾਇਆ ਨੇ ਮੂਲ ਖਾਂਦੇ ਨਵੀ ਪਾਪ ਦਿਸੇ ਉਹ ਤਰੇ ਜਾਣੋ ਆਸਾ ਰਾਮ ਕਹਿੰਦਾ ਉਹਨਾਂ ਬੰਦਿਆਂ ਨੂੰ ਸਦਾ ਹੀ ਜਿਹਨਾਂ ਨੂੰ ਸੁਣ ਕੇ ਗਿਆਨ ਹੋ ਜਾਏ ਆਸਾ ਰਾਮ ਕਹਿੰਦਾ ਜਿਹਨੂੰ ਸੁਣ ਕੇ ਗਿਆਨ ਹੋ ਜਾਏ ਉਹਨਾਂ ਜਿਉਂਦੇ ਉਹਨਾਂ ਨੂੰ ਨਾ ਬੰਦਿਆਂ ਨੂੰ ਵੀ ਖਰੇ ਜਾਣੋ ਖਰੇ ਇਹਨਾਂ ਨੇ ਜੱਗ ਦੇ ਉੱਤੇ ਜਦੋਂ ਕਵਿਸ਼ਰੀ ਕਰੀ ਜਦੋਂ ਇਸ ਮਾਤ ਲੋਕ 'ਤੇ ਆ ਕੇ ਕਵਿਸ਼ਰੀ ਦੀ ਪਰੰਪਰਾ ਨੂੰ ਜਿਉਂਦਾ ਰੱਖਿਆ ਉਹਨਾਂ ਦੇ ਵਿੱਚੋਂ ਮੇਰੇ ਇੱਕ ਗੱਲ ਯਾਦ ਹੈ ਪਹਿਲਾਂ ਜਕਾਰਾ ਬੁਲਾਈਏ ਗੱਜ ਕੇ ਸੰਗਤਾਂ ਜਿਉਂ ਕਿ ਰੱਬ ਦਾ ਨਾਂ ਲੈ ਕੇ ਸਾਰਾ ਕਾਰਜ ਸ਼ੁਰੂ ਕਰਦੇ ਹਾਂ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਨਹੀਂ ਬੋਲੀ ਠੰਡੀ ਹੋ ਗਈ ਠੰਡ ਪੈ ਗਈ ਉੱਤੋਂ ਕਣੀਆਂ ਪੈ ਗਈਆਂ ਕਣੀਆਂ ਇਹ ਉਹਨਾਂ ਦਾ ਮੇਲਾ ਜਿਹੜੇ ਲੋਕ ਪ੍ਰਲੋਕ ਵਿੱਚ ਜੈ ਜੈਕਾਰ ਹੋ ਰਹੀ ਹੈ ਜਿਹਦਾ ਅੱਜ ਜਕਾਰਾ ਉਹਨਾਂ ਦੇ ਨਾਂ ਦਾ ਹੈ ਸੁਣੋ ਮੈਂ ਛੋਟਾ ਹੁੰਦਾ ਜਦੋਂ ਇਹਨਾਂ ਦੇ ਰਿਕਾਰਡ ਚੱਲਦੇ ਹੁੰਦੇ ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ ਉਦੋਂ ਮੈਂ ਸਾਰਾ 10 ਕੁ ਸਾਲ ਦਾ ਸੀ ਸਾਡੇ ਪਿੰਡ ਨਵੀਂ ਧਰਮਸ਼ਾਲਾ ਬਣੀ ਉਹਦੇ ਵਿੱਚ ਇੱਕ ਘੜਾਉਂ ਜਿਹਾ ਜਿੱਥੇ ਘੜੇ ਰੱਖਦੇ ਨੇ ਜਨ ਪਾਣੀ ਪੀਣ ਨੂੰ ਉਹਦੇ 'ਤੇ ਬੈਠ ਕੇ ਮੈਂ ਗਾਉਣਾ ਜਾਣੀ ਰੂਪ ਬਸੰਤ ਕੁੜੇ ਜਾਣੀ ਰਾਮ ਲਛਮਣ ਦੋਵੇਂ ਮਾਤਾ ਮਤਰੇਈ ਨੇ ਘਰੋਂ ਕੱਢੇ ਹੋਣਗੇ ਓਵੇਂ ਇਹਨਾਂ ਦੇ ਕਰਮਾਂ ਦੀ ਕੀ ਪੈ ਗਈ ਆ ਮਰੋੜੀ ਕਿਉਂ ਫੜੀ ਸਿਪਾਹੀਆਂ ਨੇ ਪੈਰੋਂ ਹੰਸਾਂ ਦੀ ਜੋੜੀ ਮੈਂ ਛੋਟਾ ਹੁੰਦਾ ਜਦੋਂ ਗਾਉਣ ਲੱਗਿਆ ਇਹਨਾਂ ਰਿਕਾਰਡਾਂ 'ਤੇ ਗਾਉਣ ਲੱਗਿਆ ਇਹ ਮੇਰੇ ਮਨ ਵਿੱਚ ਬਹੁਤ ਵੱਸਦੇ ਹੁੰਦੇ ਸੱਸੀ ਪੁੰਨੂ ਦਾ ਰਿਕਾਰਡਾਂ ਦਾ ਸਾਹਿਬਜ਼ਾਦਿਆਂ ਦਾ ਹੀਰ ਇਸੇ ਤਰ੍ਹਾਂ ਜਦੋਂ ਇੱਕ ਇਹਨਾਂ ਦੀ ਕਿਤਾਬ ਪੜ੍ਹੀ ਮੈਂ ਉਹ ਕਿਤਾਬ ਦੇ ਵਿੱਚ ਕੌਲਾਂ ਸ਼ਾਣੀ ਦਾ ਗੀਤ ਸੀ ਖੜੀ ਦੇਲੀ ਉੱਤੇ ਗਾਉਣੀਆਂ ਮੈਂ ਘੋੜੀਆਂ ਰੱਬ ਦੇਵੇ ਤੈਨੂੰ ਪੁੱਤਾਂ ਦੀਆਂ ਜੋੜੀਆਂ ਲੰਗਣ ਹੱਸਦੀਆਂ ਤੇ ਬਾਲੀਆਂ ਤੇ ਲੋੜੀਆਂ ਲੰਗਣ ਹੱਸਦੀਆਂ ਤੇ ਬਾਲੀਆਂ ਤੇ ਲੋੜੀਆਂ
ਅੱਜ ਪਾਰਸ ਦੀ ਬੱਟੀ ਰੂੰਗੀ ਭੰਗ ਪਾੜੇ ਨੀ ਮੇਰੀ ਅੱਜ ਦੀ ਕਟਾਲੇ ਰਾਤ ਕੱਢਾ ਹਾਣੇ ਮੈਂ ਮੇਰੀ ਅੱਜ ਦੀ ਕਟਾਲੇ ਰਾਤ ਕੱਢਾ ਹਾਣੇ ਮੈਂ ਇਹਨਾਂ ਦੀਆਂ ਕਵਿਤਾਵਾਂ ਵੀ ਮੈਨੂੰ ਆਵਾਜ਼ਾਂ ਵੀ ਮੇਰੇ ਹਿਰਦੇ ਵਿੱਚ ਬੋਲਦੀਆਂ ਹੁੰਦੀਆਂ ਜਿਵੇਂ ਸਾਹਿਬ ਦਾ ਮੈਨੂੰ ਮੰਤਰੀ ਸਾਹਿਬ ਦਾ ਇੱਕ ਮੈਨੂੰ ਗੱਲ ਯਾਦ ਹੈ ਇਹਨਾਂ ਨੇ ਸਭਾ ਵਿੱਚ ਬੈਠ ਕੇ ਕਿਹਾ ਸੀ ਜਦੋਂ ਜੱਟਾਂ ਦੇ ਟਰੈਕਟਰ ਦੇ ਉੱਤੇ ਟੈਕਸ ਲਾਇਆ ਉਹਨਾਂ ਨੇ ਆਖਿਆ ਵੀ ਜੱਟਾਂ ਦਾ ਗੱਡਾ ਇਹਦੇ 'ਤੇ ਟੈਕਸ ਕਦੇ ਨਹੀਂ ਲੱਗ ਸਕਦਾ ਉਹ ਇਹਨਾਂ ਦਾ ਮੇਰੇ ਹਿਰਦੇ ਦੇ ਵਿੱਚ ਰਹਿੰਦਾ ਹਰ ਵੇਲੇ ਸੋ ਇਹ ਜਦੋਂ ਵੀ ਗੱਲ ਕਰਦੇ ਨੇ ਬਹੁਤ ਗੱਡ ਕੇ ਲਓ ਅਸੀਂ ਕਲੀ ਸੁਣਾਉਣ ਲੱਗੇ ਤੁਹਾਨੂੰ ਹੀਰ ਦੀ ਕਲੀ ਇੱਧਰ ਸਾਡੇ ਮਨ ਪਿਆਰੇ ਕੁਲਵੰਸੀ ਕੁਰਾਲੀ ਤੋਂ ਆ ਕੇ ਇਹ ਵੀ ਮਾਣ ਭੇਜਦੇ ਨੇ ਕੁਰਾਲੀ ਸ਼ਹਿਰ ਤੋਂ ਆ ਕੇ ਧੰਨਵਾਦ ਜੀ ਸ਼ੁਕਰਗੁਜ਼ਾਰਾਂ ਜੀ ਨਵਰੀਤ ਸਿੰਘ ਸਦਵਾ ਸਾਹਿਬ ਦੇ ਬੇਟੇ ਆ ਸਤਿੰਦਰ ਦੇ ਆ ਵੀ ਕਲੀ ਲਾ ਦਿਓ ਹੁਣ ਸਿਦਵਾ ਸਾਹਿਬ ਕਰਨੈਲ ਸਿੰਘ ਰਣਜੀਤ ਸਿੰਘ ਜੀ ਹਾਂਜੀ ਰਣਜੀਤ ਪੂਲੇ ਨਸਾਣ ਦੇ ਜਨੈਲ ਸਿੰਘ ਮਾਸਟਰ ਜੀ ਇਹਨਾਂ ਦੇ ਭਰਾ ਸਿੰਘ ਸਾਹਿਬ ਉਹ ਵੀ ਇਹਨਾਂ ਦੇ ਨਾਲ ਮਾਇਲ ਮੇਲ ਨੇ ਅੱਜ ਦੇ ਮੇਲੇ ਸੰਸਥਾਪਕ ਸਰਦਾਰ ਬਲਵੰਤ ਸਿੰਘ ਰਾਮੂਵਾਲ ਸਰਦਾਰ ਹਰਚੰਦ ਸਿੰਘ ਰਾਮੂਵਾਲ ਨਵਦੀਪ ਸਿੰਘ ਮੰਡੀ ਕਲਾਂ ਤਲਵਿੰਦਰ ਸਿੰਘ ਢਿੱਲੋਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਨਿਮਾਣਿਆਂ ਜਾਂ ਨੂੰ ਤੁਹਾਡੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਅਸੀਂ ਸਰਦਾਰ ਅਮਰਜੀਤ ਸਿੰਘ ਗਿੱਲ ਦਾ ਵੀ ਸਪੈਸ਼ਲ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਆਨੰਦਪੁਰ ਕਲਾਉਡ ਦੇ ਮੇਲੇ ਦੇ ਵਿੱਚ ਮਿਲਿਆ ਬਹੁਤ ਮਾਣ ਸਨਮਾਨ ਦਿੱਤਾ ਅਤੇ ਅੱਜ ਵੀ ਵਿਸ਼ੇਸ਼ ਤੌਰ 'ਤੇ ਸਾਨੂੰ ਸੱਦਿਆ ਇਹਨਾਂ ਸੱਜਣਾਂ ਦਾ ਇਹਨਾਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਹਾਂਜੀ ਆਪਣਾ ਪੰਜਾਬ ਹੋਵੇ ਘਰ ਦਾ ਪਤਾ ਨਹੀਂ ਕੀ ਹੋਵੇ ਉਹ ਵੀ ਮੱਖਣ ਬਰਾੜ ਆ ਗਏ ਨੇ ਸਾਡੇ ਕੋਲ ਇੱਕ ਵਾਰ ਜ਼ੋਰਦਾਰ ਤਾੜੀਆਂ ਮੱਖਣ ਬਰਾੜ ਹੋਣ ਦੇ ਲਈ ਥੈਂਕ ਯੂ ਜੀ ਧਿਆਨ ਦੇਣਾ ਜੀ ਜਰਾ ਸੁਣ ਕੇ ਧਿਆਨ ਨਾਲ ਸੱਚੇ ਪਾਤਸ਼ਾਹ ਨੇ ਸਾਜ ਕੇ ਇੱਥੇ ਸਾਡੇ ਵਿੱਚ ਭੇਜੀਆਂ ਹੱਥ ਪੈਰ ਨੱਕ ਤੇ ਸਰੀਰ ਸਾਰਾ ਸੋਹਣੀ ਬੰਦੇ ਦੀ ਮਾਲਿਕਾ ਸ਼ਾਨ ਕਰਦੇ ਉਹ ਕਿਸੇ ਕਿਸੇ ਨੂੰ ਰਜਮਾ ਹੁਸ਼ਨ ਦੇਵੇ ਪਤਲੇ ਬੁੱਲ ਤੇ ਮਿੱਠੀ ਜ਼ੁਬਾਨ ਕਰਦੇ ਹੋਈ ਅੱਖਾਂ ਸੋਹਣੀਆਂ ਚੰਦਰਮਾ ਵਾਂਗ ਮੱਥਾ ਅੱਗੇ ਸਹੇਲੀਆਂ ਦੀ ਦੇਖ ਕਮਾਣ ਕਰਦੇ ਹੋ ਤੈਨੂੰ ਪੁੱਛੇ ਹਰਪਾਲ ਤੋਂ ਦਾ ਸਿਰ ਬਾਹਰ ਪੁੱਛੇ ਹਰਪਾਲ ਤੂੰ ਦੱਸ ਰੱਬਾ ਕਿੱਥੋਂ ਹੁਸਨ ਦਾ ਇਕੱਠਾ ਸਮਾਨ ਕਰਦਾ ਹੀਰ ਦੀ ਸਾਡੇ ਮੋਠਾਂ ਵਾਲੀ ਤੋਂ ਜਿੱਥੇ ਚਾਰ ਪੰਜ ਖਾਣੇ ਮੇਰੇ ਨਗਰ ਲੱਗੇ ਨੇ ਇੱਧਰ ਬੁੱਸ ਵਾਲੇ ਤੋਂ ਭਾਈ ਹਰਨੈਕ ਸਿੰਘ ਜੋਣੀ ਸਾਰੀਆਂ ਸੰਗਤਾਂ ਦੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇੱਧਰ ਚੰਦ ਪੁਰਾਣਾ ਜਿੱਥੇ ਮੇਰੇ ਪੰਜ ਸੱਤ ਖਾਣੇ ਲੱਗੇ ਨੇ ਇਹਨਾਂ ਨਗਰਾਂ ਤੋਂ ਬਹੁਤ ਧੰਨਵਾਦ ਸੇਖੋਂ ਸਾਹਿਬ ਜੀ ਚਮਕੌਰ
ਕੌਰ ਸਿੰਘ ਰਣਧੀਰ ਸਿੰਘ ਗਹਿਲਾ ਵਾਲੇ ਵਾਹ ਬਾਈ ਵਾਹ ਤੁਹਾਨੂੰ ਡੱਬੀ 'ਚ ਪਾ ਕੇ ਰੱਖ ਲਈਏ ਯਾਰ ਐਡੇ ਵਧੀਆ ਬੰਦੇ 500 ਰੁਪਈਆ ਅਤੇ ਪਹਿਲਾਂ 200 ਆ ਗਿਆ ਸੀ ਅੱਛਾ ਰਣਧੀਰ ਸਿੰਘ ਜੀ ਗਹਿਲਾ ਵਾਲੇ ਦੇ ਕੇ ਅਤੇ ਢਾਡੀ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਇਹ ਸਾਡੇ ਵੱਡੇ ਭਰਾ ਹਰਚਰਨ ਸਿੰਘ ਹੈ ਅਤੇ ਇੱਕ ਢਾਲੀਵਾਲ ਸਾਹਿਬ ਯੂ ਕੇ ਵਾਲੇ ਮੋਠਾਲੀ ਵਾਲੇ ਲੈ ਵੇ ਪੈਸੇ ਦੇਈ ਜਾਇਓ ਨਾ ਬਾਅਦ ਚ ਬੋਲਾਂਗੇ ਹੁਣ ਕਿਸੇ ਨੇ ਛੇੜਨਾ ਨੀ ਬਸ ਮਗਰ ਸਿੰਘ ਸਰਪੰਚ ਸਾਹਿਬ ਮੋਠਾ ਵਾਲੀ ਲਾਲ ਸਿੰਘ ਜੀ ਹਰਮਨ ਕਹੇ ਬਹੁਤ ਧੰਨਵਾਦ ਲਓ ਸੰਗਤੇ ਇਸ ਸਟੇਜ ਤੇ ਅੱਜ ਮੈਨੂੰ ਇੰਨੀ ਖੁਸ਼ੀ ਹੋਈ ਹੈ ਗੰਦਿਆਂ ਗੀਤਾਂ ਸਾਡਾ ਸੱਭਿਆਚਾਰ ਵਿਗਾੜ ਦਿੱਤਾ ਗੰਦਿਆਂ ਗੀਤਾਂ ਸਾਡਾ ਸੱਭਿਆਚਾਰ ਵਿਗਾੜ ਦਿੱਤਾ ਬੇਸ਼ਰਮੀ ਪ੍ਰਧਾਨ ਸ਼ਰਮ ਨੂੰ ਜੜੋਂ ਖੜ ਦਿੱਤਾ ਅਜੇ ਵੀ ਬੇੜਾ ਸਭ ਹੋਰ ਨਾ ਕਰੋ ਖਰਾਬੀ ਨੂੰ ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ ਹੈ ਯੋਧਿਆਂ ਦੀ ਜਾਣੀ ਧਰਤੀ ਦੇਸ਼ ਪੰਜਾਬ ਦੀ ਹੈ ਯੋਧਿਆਂ ਦੀ ਜਾਣੀ ਧਰਤੀ ਦੇਸ਼ ਪੰਜਾਬ ਦੀ ਉਹ ਗੁਰੂ ਨਾਨਕ ਦੀ ਬਾਣੀ ਮਿੱਠੀ ਧੁਨੀ ਰਬਾਬ ਦੀ ਦੇਖੋ ਖੋਲ ਖਜ਼ਾਨਾ ਜਰਾ ਘੁਮਾਓ ਚਾਬੀ ਨੂੰ ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ ਆਹ ਮੌਜੂਦਾ ਸਰਕਾਰ ਨੇ ਸਾਡੇ ਟੌਰਿਆਂ ਦੀ ਅੱਜ ਸਿਫਤ ਕਰੀ ਆ ਕਦੇ ਕਿਸੇ ਸੱਭਿਆਚਾਰ ਦੀ ਸਾਡੇ ਢੱਡ ਸਾਰੀ ਦੀ ਗੱਲ ਹੋ ਗਈ ਤੇ ਕਦੇ ਨਹੀਂ ਕਰੀ ਕਵਿਸ਼ਰੀ ਦੀ ਗੱਲ ਕਦੇ ਨਹੀਂ ਕਰੀ ਪਰ ਅੱਜ ਇਹ ਸਟੇਜ ਰਾਮੂ ਵਾਲੇ ਦੇ ਜਨਮ ਸਥਾਨ ਤੇ ਆ ਕੇ ਕਰਨੈਲ ਸਿੰਘ ਪਾਰਸ ਦੇ ਜਨਮ ਸਥਾਨ ਤੇ ਆ ਕੇ ਸਾਡੇ ਟੌਰਿਆਂ ਦੀ ਅੱਜ ਇਹ ਸਰਕਾਰ ਨੇ ਸਿਫਤ ਕਰੀ ਇਸ ਗੱਲ ਦੀ ਮੈਂ ਮੁਬਾਰਕ ਦੇਣਾ ਗੱਜ ਕੇ ਜਕਾਰਾ ਵਾਲਾਈਏ ਬੋਲੇ ਸੋ ਨਿਹਾਲ ਸ੍ਰੀ ਅਕਾਲ ਸ਼ਿਕਾਰ ਖੇਡਦੇ ਨੇ ਸੁਣਾ ਨੋਲਾ ਛੱਡ ਕੇ ਰਾਂਝਾ ਕੋਲ ਦੀ ਮੱਝਾਂ ਲੈ ਕੇ ਲੰਘਣ ਲੱਗਿਆ ਹੀਰ ਨੇ ਆਖਿਆ ਆ ਜਾ ਰਾਂਝਿਆ ਲੱਡੂ ਖਾਈਏ ਕੱਢ ਕੇ ਕਹਾਰਾਂ ਨੂੰ ਦੋ ਦੋ ਲੱਡੂ ਦੇ ਤੇ ਚਾਰ ਕਹਾਰ ਸੀ ਇੱਕ ਨੇ ਨੀ ਫੜੇ ਉਹਨੇ ਜਾ ਕੇ ਦੱਸਿਆ ਕਹਿੰਦਾ ਉਹ ਚੌਧਰੀ ਉਹ ਤੁਸੀਂ ਤਾਂ ਇੱਥੇ ਤਿੱਤਰਾਂ ਬਟੇਰਿਆਂ ਸਾਹਿਆਂ ਦਾ ਸ਼ਿਕਾਰ ਖੇਡਦੇ ਹੋ ਤੁਹਾਡੇ ਵਾਲੀ ਹਰਨੀ ਨੂੰ ਕੋਈ ਹੋਰ ਇਹਦੇ ਵੱਲ ਹੀ ਫਿਰਦਾ ਗੋਲੀ ਦੇ ਆਲੇ ਦਾਲੇ ਆ ਕੇ ਖੇੜਿਆਂ ਨੇ ਘੇਰਾ ਪਾ ਲਿਆ ਇੱਕ ਹੀਰ ਬਚਾਉਂਦੀਆਂ ਮਕਰ ਕਰਕੇ ਉਸ ਵੇਲੇ ਦੇ ਸੀਨ ਨੂੰ ਤੱਕੋ ਦਦਾਰ ਸਿੰਘ ਰਟੈਲੇ ਦੀ ਕਲੀ ਲਿਸ਼ਕਾਣੀ ਵਾਲੇ ਲਾ ਕੇ ਬਣਾਏ ਇਹ ਦੱਸ ਰਿਹਾ ਬਈ ਮਗਰ ਬਣਾ ਲਿਆ ਹੀਰ ਨੇ ਉਹਨਾਂ ਮਗਰੋਂ ਬਣਾ ਲਿਆ ਹੀਰ
ਆ ਸ਼ੇਰ ਸਿਆ ਆ ਗਿਆ ਨਜ਼ਾਰਾ ਸੋਨਾ ਪਾ ਦਿਓ ਵੀ ਥੋੜਾ। ਅੱਛਾ ਇੱਕ ਗੁਰਪ੍ਰੀਤ ਸਿੰਘ ਲਾਲੀ ਰਣੀਆਂ 100 ਰੁਪਿਆ ਕੱਪੀ ਕੀ ਆਪਣਾ ਉਹਦਾ ਸਹੁਰਾ ਸਾਹਿਬ ਬੂਟਾ ਸਿੰਘ ਦੇੜ ਕੇ ਕੋਪੀ ਦੇ ਸਹੁਰੇ ਤੇ ਮੱਖਣ ਬਰਾੜ ਜੀ ਕਿੱਥੇ ਮੱਖਣ ਬਰਾੜ ਖੜੀ ਕਰੋ ਜੀ। ਇਹ ਦੁਨੀਆਂ 'ਚ ਮੰਨਿਆ ਵਾ ਲੇਖਕ ਹੈ, ਪੰਜਾਬੀ ਦਾ ਕਵੀ ਹੈ। ਅੱਛਾ ਜੀ ਇਹਨਾਂ ਵੱਲੋਂ ਪੈਸੇ ਆਏ ਆ ਸੁਦਾਗਰ ਸਿੰਘ ਮਾਨ ਕੋਠਾ ਗੁਰੂ 1500 ਰੁਪਈਆ। ਆ ਲਓ ਜੀ 1500। ਅੱਛਾ ਇਹ ਤੁਸੀਂ ਇਹਨਾਂ ਦੇ ਘਰੇ ਰਹਿ ਕੇ ਆਏ ਕੋਠੇ ਗੁਰੂ ਮਾਨ ਕੋਠਿਆਂ ਦੇ ਸੀ? ਬਹੁਤ ਧੰਨਵਾਦੀਆਂ ਜੀ ਕੋਠਾ ਗੁਰੂ ਕੇ ਜਿਹੜੇ ਕਿ ਸਾਡੇ ਬਹੁਤ। ਅੱਛਾ ਚੜਕ ਦੀ ਪੰਚਾਇਤ ਆ ਲਓ ਜੀ 500 ਰੁਪਈਆ। ਸੁਰਜੀਤ ਹੋਣੀ ਸਾਡੇ ਡੂੰਘੇ ਯਾਰ ਹੈ ਤੇ ਇੱਕ ਬਲਦੇਵ ਸਿੰਘ ਰਣੀਆਂ ਤੇ ਸਤਿੰਦਰਪਾਲ ਸਿੰਘ ਸਿੱਧਮਾ 500 ਰੁਪਈਆ। ਮੈਂ ਹੁਣ ਕੋਈ ਟਾਈਮ ਹੋਰ ਲਿਆ ਨਹੀਂ ਤੇ ਬਾਕੀ ਗੁਪਤ ਦਾਨ ਇਹ ਚੱਕੋ ਜੀ ਤੇ ਤਰਪਾਲ ਲਿਆਓ ਨਾ। ਮੈਂ ਅੱਜ ਹੀ ਐਲਾਨ ਕਰਦਾ ਲਚਕਾਣੀ ਸਾਹਿਬ ਬਾਬਾ ਸ਼ੇਰ ਸਿੰਘ ਖੜਾ ਹੋ, ਖੜਨਾ ਤਾਂ ਔਖਾ ਤੈਨੂੰ। ਮੈਂ ਅੱਜ ਹੀ ਐਲਾਨ ਕਰਦਾ ਇਹਨਾਂ ਤੋਂ ਦਿਨ ਲੈ ਲਓ, ਮੈਂ 10,000 ਰੁਪਈਆ ਇਕੱਲਾ ਦਿਓ ਇਹਨਾਂ ਦਾ ਖਾੜਾ ਲਵਾ ਲਓ।
ਪੋਤਰਿਆਂ ਦੀ ਪੰਚਾਇਤ ਵੱਲੋਂ ਆ ਲਓ 500 ਰੁਪਈਆ ਪੋਤਰਿਆਂ ਦੀ ਪੰਚਾਇਤ। ਇਹ ਭਾਈ ਸਾਹਿਬ ਪੂਲੇ ਤੋਂ ਸਪੈਸ਼ਲੀ ਅਖਬਾਰ ਚ ਮਾਸਟਰ ਜਰਨੈਲ ਸਿੰਘ ਅਖਬਾਰ ਛਪ ਗਿਆ ਸੀ ਵੀ ਲਚਕਾਣੀ ਸਾਹਿਬ ਨੇ ਆਉਣੇ ਢਾਡੀ ਨਗੋਜੇ ਵਾਲੇ ਆਉਣੇ ਆ। ਇੱਕ ਗੱਲ ਮੰਨ ਜਾਓ, 8-8 ਲੱਖ ਦਿੰਦੇ ਕਵਿਆਂ ਨੂੰ, ਐਡਾ ਨਜ਼ਾਰਾ ਆਉਂਦਾ। ਇਹ ਚੀਜ਼ ਹੀ ਵੱਡੀ ਹੈ। ਚਲ ਕੋਈ ਨਹੀਂ, ਅਗਲੇ ਅਖਾੜੇ ਦਾ ਇੱਕ ਅਖਾੜੇ ਦਾ 10,000 ਮੈਂ ਦਿਉਂ, ਉਦੋਂ ਅਗਲਾ ਅਖਾੜਾ ਮਹੀਨੇ ਬਾਅਦ ਲਵਾ ਲਿਓ, ਹਰ ਚਰਨ 'ਤੇ ਬੂਟਾ ਦੇਣਗੇ। ਮੈਂ ਐਲਾਨ ਕਰਦੇ ਹਾਂ, ਹਰ ਸਾਲ 28 ਫਰਵਰੀ ਨੂੰ ਤੁਸੀਂ ਲਿਖ ਲਓ, ਇਹ ਦਿਨ ਪੱਕਾ ਦਿਨ ਮਨਾਇਆ ਕਰਾਂਗੇ ਬਾਪੂ ਜੀ ਦਾ, ਅਤੇ ਹਰਚਰਨ ਸਿੰਘ ਚੇਅਰਮੈਨ ਹੋਣਗੇ। ਬਾਕੀ ਦੀ ਕਮੇਟੀ ਮੈਂ ਮਗਰੋਂ ਅਨਾਊਂਸ ਕਰ ਦੂੰਗਾ, 11 ਮੈਂਬਰੀ 21 ਮੈਂਬਰੀ। ਹੁਣ ਕਲੀ ਲਾ ਦਿਓ। ਜੇ ਇੱਥੇ ਨੇੜੇ ਜਿਹਦਾ ਖੂਹ ਜਾਂ ਕੋਈ ਵੀ ਹਵੇਲੀ ਆ, ਬਾੜਾ ਆ, ਉੱਥੋਂ ਜੇ ਤਰਪਾਲ ਕਿਸੇ ਕੋਲ ਹੋਵੇ ਸਿਰ ਪਈ, ਤਾਂ ਸਟੇਜ 'ਤੇ ਸਾਜੀਆਂ। 4 ਕਿਸਮ ਦੀ ਸੰਗ ਤੇ ਹੈ ਸਰੋਤਿਆਂ ਦੀ ਵੰਸ, ਛੱਜ ਸਰੋਤਾ ਛਾਲਣੀ ਪੋਰ ਸਰੋਤਾ ਹੰਸ। 4 ਕਿਸਮ ਦੇ ਸਰੋਤੇ ਹੁੰਦੇ ਨੇ, ਛਾਲਣੀ ਨੂੰ ਛਾਂਸ ਪਿਆਰਾ ਲੱਗੇ ਚੰਦਰੀ ਨੂੰ, ਛਾਲਣੀ ਨੂੰ ਛਾਂਸ ਪਿਆਰਾ ਲੱਗੇ ਚੰਦਰੀ ਨੂੰ, ਆਪੇ ਨਾ ਪਸੰਦ ਆਟਾ ਥੱਲੇ ਸੱਟੇ ਛਾਣ ਕੇ। ਛਾਲਣੀ ਨੂੰ ਛਾਂਸ ਪਿਆਰਾ ਲੱਗੇ ਚੰਦਰੀ ਨੂੰ, ਆਵੇ ਨਾ ਪਸੰਦ ਆਟਾ ਥੱਲੇ ਸਿੱਟੇ ਛਾਣ ਕੇ। ਚੰਗੇ ਮੰਦੇ ਦਾਣ ਛੱਜ ਚੰਗੇ ਦਾਣ ਕੇ ਨਖਾਰ ਕੇ ਪਛੰਡ ਲੈਂਦਾ, ਮੰਮਣੀ ਤੇ ਰੋੜੀ ਘਾਸ ਫੂਲ ਸਿੱਟੇ ਜਾਣ ਕੇ। ਚੰਗੇ ਮੰਦੇ ਦਾਣਿਆਂ ਦੀ ਪੋਰ ਨੂੰ ਪਛਾਣ ਕੀ ਹੈ, ਵਿੱਚ ਦੀ ਲੰਘਾ ਕੇ ਖਾਲੀ ਖੜ ਜਾਂਦੇ ਹੰਸ ਆਣ ਕੇ। ਹੰਸ ਸਰੋਤਾ ਮੋਤੀ ਚੁਗੇ ਕਰਨੈਲ ਸਿੰਘਾ, ਹੰਸ ਸਰੋਤਾ ਮੋਤੀ ਚੁਗੇ ਕਰਨੈਲ ਸਿੰਘਾ। ਜੌਹਰੀ ਬੱਚੇ ਚੱਕ ਲੈਂਦੇ ਲਾਲਾਂ ਨੂੰ ਪਛਾਣ ਕੇ, 9 ਪਰ 9 ਹੁੰਦਾ। ਸਾਡੇ ਕਰਨੈਲ ਸਿੰਘ ਜੀ ਲੰਘ ਵਾਲੇ, ਉਹਨਾਂ ਨੇ ਵੀ ਕਵਿਸ਼ਰੀ ਦੇ ਵਿੱਚ ਬਹੁਤ ਮਾਨ ਪਾਇਆ। ਜੇ ਮੇਰਾ ਲੰਘ ਲਛਕਾਣੀ ਪਿੰਡ ਤੋਂ ਕਰਨੈਲ ਸਿੰਘ ਨੇ ਲਿਖਿਆ ਵੀ ਜੌਹਰੀ ਬੱਚੇ ਹੁੰਦੇ ਨੇ ਹੰਸ ਚੁੱਕਦੇ ਨੇ, ਇਹ ਬਰਾਰਿਆਂ ਦੇ ਮੂੰਹੋਂ ਜਿਹੜੇ ਵਧੀਆ ਲੱਭ ਜਾਂਦੇ ਨੇ ਉਹ। ਸੁਣੋ, ਨੀਵੇਂ ਚੌਂਕੜੇ ਢਈਏ ਵਿੱਚ ਕਲੀ ਲਾਉਣ ਲੱਗਿਆ ਜੀ। ਮਾਰ ਗਿਆ ਜਨਾ ਮੈਂ ਹਰ ਦੇ ਰੋਜ਼ ਸ਼ਾਮੀਆਂ ਮੈਂ ਜੇ ਲਾੜਿਆ, ਮਾਰ ਗਿਆ ਜਨਾ
ਸਿੰਘ ਜੀ ਇਲਾਕਾ ਕਰਾਲੀ ਚੰਡੀਗੜ੍ਹ ਤੋਂ ਆ ਕੇ ਮਾਨ ਸਾਹਿਬ ਹੋਰ ਦੇ ਗਏ ਕੋਠੇ ਗੁਰੂ ਵਾਲੇ 500 ਰੁਪਈਆ ਅਮਰਜੀਤ ਗੰਦਾਰਿਆਂ ਵਾਲਾ ਸਰਪੰਚ ਦੇ ਗਿਆ 500 ਪਹਿਲਾਂ ਪੈਦੂ ਪਹਿਲਾਂ 500 ਕਹਿੰਦਾ ਅੱਜ ਪਾਰਸ ਇੰਨਾ ਗਵਈਆਂ ਨੇ ਆ ਪੱਗਾਂ ਵਾਲਿਆਂ ਨੇ ਜਿਉਂਦਾ ਕਰਤਾ ਇਹ ਕਹਿ ਗਿਆ ਇਹ ਉਹਨਾਂ ਸਰਪੰਚ ਖੜੇ ਹੈ ਹੋ ਗਈ ਗੱਲ ਨਾ ਜਿਉਂਦਾ ਕਰਤਾ
ਤੇ ਅਸੀਂ ਪਿੰਡ ਦਾ ਧੰਨਵਾਦ ਕਰਦੇ ਹਾਂ। ਪਿੰਡ ਨੇ ਕਿਉਂ ਦਾ ਕੀਤਾ ਆ ਨਿਰੇ ਰੁਪਈਏ ਹੁਣ ਕੀ ਗਿਣਨੇ ਆ। ਆ ਫੜ ਬਈ ਸਾਰੇ ਸਰਦਾਰ ਕਿੱਥੇ ਲਟਕਾਣੀ ਸਾਹਿਬ ਕੱਲੀ ਹੋਰ ਹੈਲੋ ਹੈਲੋ ਜੀ ਪੁੱਤਰਾ ਜੀ ਪੁੱਤਰਾ ਉਹ ਜੀ ਜੱਟਾ ਰੇ ਰਾਤ ਦਾ ਜਾਗਣਾ ਬਹੁਤ ਔਖਾ ਭੁੱਲਿਆ ਖਾਣਾ ਪੀਣਾ ਹੀਰ ਨੂੰ ਰੰਗਪੁਰ ਖੇੜੇ ਵਿਆਹ ਕੇ ਲੈ ਗਏ ਉਧਰੋਂ ਕਿਸੇ ਨੇ ਭੇਜਣ ਦਾ ਨਾਂ ਨਹੀਂ ਲਿਆ ਇਧਰੋਂ ਲਿਆਉਣ ਦਾ ਨਾਂ ਨਹੀਂ ਲਿਆ ਇਸ ਤਰ੍ਹਾਂ 12 ਮਹੀਨੇ ਲੰਘ ਗਏ ਹੇ ਹੀਰ ਬੈਠੀ 12 ਮਾਹਾਂ ਗਿਣਦੀ ਹੈ ਰਾਂਝਾ ਤੁਹਾਡੇ ਅੱਜ 12 ਮਾਹੀ ਦੀ ਕਲੀ ਹੀਰ ਤੇ ਰਾਂਝੇ ਦੀ ਜੋੜੇ ਵਿੱਚ ਲਾਉਣ ਲੱਗਿਆ ਜਿਵੇਂ ਹੀਰ ਦਾ ਜੋੜਾ ਸਭ ਤੋਂ ਪਹਿਲਾਂ ਸਾਨੂੰ ਗੰਗੂਰਾ ਗੁਰੂ ਕੋਠੇ ਵਾਲਿਆਂ ਸੰਗਤਾਂ ਨੇ ਹੁਕਮਨਾਮਾ ਕੀਤਾ ਵੀ ਸਾਨੂੰ ਆਹ ਤਰਜ ਸੁਣਾ ਦਿਓ ਬਾਪੂ ਵੇ ਅੱਡ ਹੁੰਦੇ ਆ ਸਾਰੰਗੀ ਦੇ ਵਿੱਚ ਜੀ ਦਿਨੇ ਗੁਰਪ੍ਰੀਤ ਘੁੱਗੀ ਆ ਗਏ ਹੈ ਪਰ ਮੈਂ ਕਾਰ 'ਚ ਬੰਦ ਕੀਤੇ ਕੱਢਣੇ ਆ ਪਹਿਲਾਂ ਕੱਲੀ ਆਹ ਸੁਣ ਲਈਏ ਜੋੜਾ ਉਸਤਾਦ ਦਾ ਮੋਹ ਪਿਆਰ ਸੰਗਤਾਂ ਵਿੱਚ ਇੰਨਾ ਹੈ ਦੇਖੋ ਕਿਵੇਂ ਭਾਵੇਂ ਮੀਂਹ ਵੀ ਪੈਂਦਾ ਫਿਰ ਵੀ ਬਹੁਤ ਆਨੰਦ ਨਾਲ ਬੈਠੇ ਆਨੰਦ ਮਾਣਦੇ ਹੋ ਸੁਣੋ 12 ਮਹੀਨੇ ਦੀ ਕਲੀ ਮੁੰਡੇ
ਜੀ ਭਾਈ ਸੁਨੀਤ ਮਾਨ ਲਿਸ਼ਕਾਣੀ ਵਾਲਿਆ हाँ जी एक बार जोरदार ताड़ियां हो जाए देशराज लचकानी दे लई और रामूवाले साहब की इजाज़त दे नाल 500 रुपया और कोठे गुरु वाला मुंडा मेरा किसी कल ही 5-6 हज़ार दे गया ये वालियों तो आ 100-100 के दो नोट एक तो पत्त वाला सरदार एक होर आ लो 700 रुपये ये आया तो मैं फिर कहना ਵੀ ਅਸੀਂ ਅੱਖਾਂ ਵਿਛਾਉਣੇ ਆ ਦੇਸ ਰਾਜ ਜੀ ਤੁਹਾਡੇ ਸਾਹਮਣੇ ਐਡੇ ਵੱਡੇ ਗਵਈਏ ਇਹਨਾਂ ਦੇ ਪਾਸਪੋਰਟ ਨਹੀਂ ਬਣੇ ਤੇ ਰਾਮੂਵਾਲਾ ਸਾਹਿਬ ਬਣਾ ਕੇ ਦੇਣਗੇ ਔਰ ਇੰਗਲੈਂਡ ਨਵੰਬਰ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਮੇਲੇ ਤੇ ਇਹਨਾਂ ਨੂੰ ਮੈਂ ਲੈ ਕੇ ਜਾਊਂ ਇੱਕ ਮੈਂ ਹੁਣੇ ਚਿੱਠੀ ਦੇ ਦਿੰਦੇ ਤਿੰਨਾਂ ਨੂੰ ਵੀਜ਼ਾ ਮਿਲ ਜੂ ਇੰਗਲੈਂਡ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਬਹੁਤ ਧੰਨਵਾਦ ਜੀ